ਸਾਥੀਓ, ਇੰਡੀਆ ਗੁਰੂ ਮਹਾਰਾਜ ਦੇ ਵਿੱਚ ਸਜੇ ਬੈਠੇ ਸਾਰੇ ਹੀ ਰਸਨਾ ਸ਼ਕਲਾ ਪਵਿੱਤਰ ਕਰਨ ਵਾਸਤੇ ਗੁਰਦਾਨ ਦੀ ਫਿਕਰ ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਤਕਨੀਕ ਨੇ ਬੋਲਿਆ ਸਤਿ ਸ਼੍ਰੀ ਅਕਾਲ।
ਕਈ ਜਨਮ ਗਜਮੀਨ ਤੁਰੰਗਾ, ਕਈ ਜਨਮ ਪੰਖੀ ਸਰਪੋ, ਕਈ ਜਨਮ ਹੈ ਵਰਵਿੰਦ ਜੋਯੋ, ਗੁਰਜਿਤ ਦੀ ਸਿਮਰਨ ਕੀ ਵਰਿਆ, ਤਿਰੰਗਾ ਲਈਏ ਮੈਂ ਸੰਜਰੀਆ, ਬਹੁਤ ਜਨਮ ਵਿਗੜੇ ਤੇ ਮਾਲੋ, ਮਾਲੋ ਜੀ ਜਨਮ Thank you.
ਤਦੇ ਹੀ ਪੂਰਾ ਪੂਰਾ ਲਾਭ ਪ੍ਰਾਪਤ ਕਰਨਾ ਹੈ। ਕਈ ਦਿਨ ਯਾਨੀ ਪਿਛਲੇ ਦਿਨਾਂ ਦੇ ਵਿੱਚ ਇਹ ਵਿਚਾਰ ਵਿਕਸਿਤ ਹੋਇਆ, ਕਹਿਣਾ ਹੀ ਸੀ ਇਸ ਮਾਨਵ ਦੇਹ ਦਾ ਪ੍ਰਯੋਜਨ, ਇਸ ਮਾਨਵ ਦੇਹ ਦਾ ਉਦੇਸ਼, ਮਾਨਵ ਸਰੀਰ ਦਾ ਯਾਨੀ ਧਰਮ ਏਮ ਆਫ ਦਾ ਲਾਈਫ ਕੀ ਹੈ। ਮਾਨਵ ਤਨ ਧਾਰ ਕੇ ਗਲਤੀ ਵਿੱਚ ਇਨਸਾਨ ਸਮਝਦਾ ਮੈਂ ਇਸ ਸਰੀਰ ਦੇ ਨਾਲ ਸਿਰਫ ਧਨ ਦੌਲਤ ਹੀ ਕਮਾਵਾਂ, ਐਸ਼ ਸਿਰਫ ਹੀ ਕਰਾਂ ਚਾਰ ਦਿਹਾੜ, ਹੋਰ ਕੁਛ ਨਹੀਂ। ਪਰ ਦਰਅਸਲ ਸਾਧਨ ਇਹ ਜੋ ਇਸਦੀ ਸਮਝ ਬੈਠੀ ਹੋਈ ਗੱਲ ਹੈ, ਇਹ ਗਲਤ ਹੈ। ਇਹ ਅਸਲ ਪ੍ਰਯੋਜਨ ਨਹੀਂ। ਮਾਨਵ ਤਨ ਦਾ ਪ੍ਰਯੋਜਨ ਤਾਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਉਂ ਦੱਸਦੇ ਹਨ, ਇਹੋ ਤੇਰੀ ਵਾਰੀ ਹੈ ਗੋਬਿੰਦ Thank you.
ਮਾਨੁਖ ਦੇ ਵਰੀਆ ਗੋਬਿੰਦ ਮਿਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਨਿੰਦ ਸਾਧ ਸਿੰਘ ਸਾਡੀ ਕੇਵਲ ਨਾ ਮਾਨੁਖ ਦੇ ਦਾ ਪਰਮ ਪ੍ਰਯੋਜਨ ਅਸਲ ਮੁੱਖ ਫਰਜ਼ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਇਹ ਫਰਮਾਉਂਦੇ ਹਨ ਮਾਨੁਖ ਦੇ ਤੈਨੂੰ ਪ੍ਰਾਪਤ ਹੋ ਗਈ ਲੱਖ 84 ਜੂਨ ਦੇ ਵਿੱਚ ਫਿਰਦੇ ਫਿਰਦੇ ਇਸ ਮਾਨੁਖ ਦੇਹ ਦੇ ਵਿੱਚ ਆ ਕੇ ਪ੍ਰਭੂ ਪ੍ਰਾਪਤੀ ਵਾਸਤੇ ਉਪਰਾਲਾ ਕਰਨੇ ਯਤਨ ਕਰਨੇ ਕਿਉਂ ਇਨਸਾਨ ਦਾ ਜਨਮ ਜਨਮਾਤਰਾ ਇਹ ਖਿਆਲ ਇਸ ਵਿੱਚ ਪੈਦਾ ਹੀ ਹੁੰਦਾ ਚਲਾ ਆਇਆ ਮੈਂ ਸੁਖੀ ਹੋਵਾਂ ਜ਼ਿਆਦਾ ਸੁਖੀ ਹੋਵਾਂ ਇਹੋ ਜਿਹਾ ਸੁਖੀ ਹੋ ਜਾਵਾਂ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਹਰ ਇਨਸਾਨ ਇਹੀ ਚਾਹੁੰਦਾ ਹੈ ਪਰ ਸਾਸਨ ਦੁਨਿਆਵੀ ਜਿਤਨੇ ਸੁੱਖ ਹਨ ਹੋਰ ਕੀ ਕਹਿਣਾ ਸਭ ਲੋਕ ਆਪ ਦੇ ਜਿਤਨੇ ਵੀ ਸੁੱਖ ਹਨ ਉਹਨਾਂ ਦੇ ਪਿੱਛੇ ਬਹੁਤ ਸਾਰੇ ਦੁੱਖ ਛਿਪੇ ਹੋਏ ਬਰੀਕ ਅੱਖਾਂ ਸੂਖਮ ਅੱਖਾਂ ਤੋਂ ਬਿਨਾਂ ਆਉਂਦੀ ਨੇ ਸੋ ਪੂਰਾ ਸੁੱਖ ਅਸਲੀ ਸੁੱਖ ਆਤਮ ਸੁੱਖ ਹੀ ਹੈ ਜੋ ਕਿ ਪ੍ਰਭੂ ਨੂੰ ਪ੍ਰਾਪਤ ਹੋ ਕੇ ਹੋਣਾ ਫਿਰ ਉਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ ਪਰੰਤੇ ਪੂਰਨ ਸੁਖੀ ਹੋਣ ਵਾਸਤੇ ਇਨਸਾਨ ਨੂੰ ਇਹ ਉਪਾਅ ਕਰਨਾ ਪਏਗਾ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲਣ ਦੇ ਵਾਸਤੇ ਯਤਨ ਕਰਨਾ ਪਏਗਾ ਇੱਕ ਦ੍ਰਿਸ਼ਟਾਂਤ ਮਿਸਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ ਕਿਸੇ ਰਾਜਾ ਨੇ ਇੱਕ ਪਹਾੜੀ 'ਤੇ ਕਿਲ੍ਹਾ ਬਣਾਇਆ ਗੋਲ ਸ਼ਕਲ ਦਾ ਉਹਦੇ 84 ਦਰਵਾਜ਼ੇ ਰੱਖੇ ਗਏ ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ ਬਾਕੀ ਦੇ 83 ਬੰਦ ਹਨ ਉਸ ਕਿਲ੍ਹੇ ਵਿੱਚ ਦੇਵਨੇਤ ਨਾਲ ਇੱਕ ਨੇਤਰਹੀਨ ਪੁਰਸ਼ ਅੱਖਾਂ ਤੋਂ ਮਨਾਖਾ ਅੰਧਾ ਪੁਰਸ਼ ਪ੍ਰਵੇਸ਼ ਕਰ ਗਿਆ ਅੱਖਾਂ ਤੋਂ ਬਿਨਾਂ ਦੀਨਾ ਨਹੀਂ ਨਜ਼ਰ ਨਹੀਂ ਆਉਂਦਾ ਉਸ ਕਿਲ੍ਹੇ ਦੇ ਵਿੱਚ ਆਪਣੇ ਆਪ ਨੂੰ ਬੜਾ ਦੁਖੀ ਮਹਿਸੂਸ ਕਰ ਰਿਹਾ ਕੋਈ ਹੋਰ ਉਪਾਅ ਨਾ ਦੇਖ ਕੇ ਉਸਨੇ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਮੇਰੇ 'ਤੇ ਕੋਈ ਤਰਸ ਖਾਓ ਮੇਰੇ ਉੱਪਰ ਕੋਈ ਰਹਿਮ ਖਾਓ ਮੈਂ ਇਸ ਕਿਲ੍ਹੇ ਵਿੱਚ ਬੰਦ ਹਾਂ ਕੈਦ ਹਾਂ ਇੱਥੋਂ ਕਿਵੇਂ ਛੁਟਕਾਰਾ ਪਾਵਾਂ ਔਰ ਸੁਖੀ ਹੋਵਾਂ
ਦੀ ਦੁੱਖ ਭਰੀ ਆਵਾਜ਼ ਸੁਣ ਕੇ ਕਿਸੇ ਬਾਹਰ ਰਹਿਣ ਦਿਲ ਪੁਰਸ਼ ਨੇ ਬਾਹਰੋਂ ਆਵਾਜ਼ ਦਿੱਤੀ, ਇਸ ਕਿਲੇ ਵਿੱਚ 84 ਦਰਵਾਜ਼ੇ ਹਨ। ਮੰਨ ਲਿਆ ਵੀ 83 ਦਾ ਬੰਧਨ ਇੱਕ ਖੁੱਲ੍ਹਾ ਹੈ, ਉੱਥਾਂ ਹੀ ਨਿਕਲ ਜਾ, ਆਜ਼ਾਦ ਹੋ ਜਾ, ਤੁਸੀਂ ਕਿਉਂ ਰਹਿਣਾ ਹੈ। ਫਿਰ ਉਸ ਨੇਤਰਹੀਨ ਪੁਰਸ਼ ਨੇ ਕਿਹਾ ਵੀ ਮੇਰੇ ਅੱਖਾਂ ਨੇ ਮੇਰੇ ਆਈ ਸਾਈਟ ਨਹੀਂ, ਨਿਗਾਹ ਨਹੀਂ ਹੈ, ਇਸ ਕਰਕੇ ਮੈਨੂੰ ਦੀਂਦਾ ਨਹੀਂ, ਇਸ ਕਰਕੇ ਹੀ ਮੈਂ ਉੱਚੀ ਉੱਚੀ ਪੁਕਾਰਦਾ। ਕੋਈ ਹੋਰ ਯਤਨ ਦੱਸਿਆ ਜਾਵੇ ਜਿਸ ਕਰਕੇ ਇਸ ਕਿਲੇ ਤੋਂ ਛੁਟਕਾਰਾ ਪਾ ਜਾ। ਫਿਰ ਉਸਨੂੰ ਦੱਸਿਆ ਗਿਆ ਵੀ ਅਗਰ ਤੇਰੇ ਅੱਖਾਂ ਨਹੀਂ, ਨਿਗਾਹ ਨਹੀਂ ਹੈ ਤਾਂ ਕੰਧ ਨਾਲ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦੇ, ਹੋ ਸਕਦਾ ਹੈ। ਫਿਰੀ ਜਲਨੀ 83 ਦਰਵਾਜ਼ੇ ਬੰਦ ਹਨ, ਤੋ ਕਿ ਜਦੋਂ ਖੁੱਲ੍ਹਾ ਦਰਵਾਜ਼ਾ 84ਵਾਂ ਆਏਗਾ ਉਸ ਥਾਈਂ ਬਾਹਰ ਨਿਕਲ ਜਾਏ, ਆਜ਼ਾਦ ਹੋ ਜਾਏ। ਉਸਨੇ ਐਸਾ ਹੀ ਕੀਤਾ, ਕੰਧ ਨਾਲ ਹੱਥ ਲਾ ਕੇ ਫਿਰਨਾ ਸ਼ੁਰੂ ਕੀਤਾ, ਤੁਸੀਂ ਗਿਆ ਸਾਰੇ ਦਰਵਾਜ਼ੇ ਬੰਦ। ਸੋ ਜਦੋਂ 83 ਦਰਵਾਜ਼ੇ ਜੋ ਬੰਦ ਸਨ ਉਹ ਲੰਘ ਗਿਆ ਔਰ ਖੁੱਲ੍ਹਾ ਦਰਵਾਜ਼ਾ 84ਵਾਂ ਆਉਣਾ ਸੀ, ਦੇਵਨੇਤ ਨਾਲ ਉਹਦੇ ਸਿਰ ਦੇ ਵਿੱਚ ਫੁਰਕ ਆਉਣ ਲੱਗ ਪਿਆ, ਕੰਧ ਨਾਲ ਹੱਥ ਛੱਡ ਕੇ ਸਿਰ ਵਿੱਚ ਫੁਰਕ ਕਰਨ ਲੱਗ ਪਿਆ। ਕਦਮ ਵੀ ਉਠਾਈ ਗਿਆ, ਦੋ ਕਦਮ ਦਰਵਾਜ਼ਾ ਸੀ, ਸੋ ਫੁਰਕ ਕਰਦਿਆਂ ਕਰਦਿਆਂ ਦਰਵਾਜ਼ਾ ਲੰਘ ਗਿਆ। ਫਿਰ ਕੰਧ ਨੂੰ ਹੱਥ ਲਾ ਲਿਆ, ਫਿਰ ਜਿਹੜਾ ਦਰਵਾਜ਼ਾ ਆਵੇ ਬੰਦ, ਜਿਹੜਾ ਆਵੇ ਬੰਦ। ਫਿਰ ਦੁਖੀ ਹੋ ਕੇ ਚਿਲਾਉਣਾ ਸ਼ੁਰੂ ਕੀਤਾ, ਮੇਰੇ ਤੋਂ ਕੋਈ ਤਰਸ ਖਾਓ, ਰਹਿਮ ਖਾਓ, ਬੜਾ ਦੁਖੀ ਹਾਂ ਇਸ ਕਿਲੇ ਵਿੱਚ, ਮੈਂ ਕਹਿ ਦਵਾਂ ਇਸ ਕੈਦ ਤੋਂ ਕਿਵੇਂ ਛੁਟਕਾਰਾ ਪਾਵਾਂ। ਬਾਹਰੋਂ ਫਿਰ ਆਵਾਜ਼ ਆਈ, ਜੋ ਜੁਗਤੀ ਤੈਨੂੰ ਦੱਸੀ ਗਈ ਸੀ ਬਹੁਤ ਠੀਕ ਸੀ, ਅਗਰ ਤੂੰ ਉਸ 'ਤੇ ਅਮਲ ਕਰਦਾ ਉਹਨੂੰ ਕਦੇ ਦਾ ਛੁਟਕਾਰਾ ਪਾ ਜਾਂਦਾ, ਪਰ ਪ੍ਰਤੀਤ ਹੁੰਦਾ ਤਾਂ ਅਮਲ ਨਹੀਂ ਕੀਤਾ। ਤਾਂ ਉਹ ਕਹਿੰਦਾ ਮੈਂ ਉਸੀ ਵਕਤ ਦਾ ਫਿਰ ਰਿਹਾ, ਫਿਰ ਫਿਰਦਿਆਂ ਕੋਈ ਗਲਤੀ ਕਰ ਬੈਠਾ ਹੋਏਗਾ। ਫਿਰ ਉਸਨੂੰ ਯਾਦ ਆ, ਹਾਂ ਇੱਕ ਦਫ਼ਾ ਮੈਂ ਕੰਧ ਨਾਲ ਹੱਥ ਛੱਡ ਕੇ ਸਿਰ ਵਿੱਚ ਫੁਰਕ ਕਰਨ ਲੱਗ ਪਿਆ, ਉਸ ਵਕਤ ਹੀ ਖੁੱਲ੍ਹਾ ਦਰਵਾਜ਼ਾ ਲੰਘੇ, ਦ੍ਰਿਸ਼ਟਾਂਤ ਹੈ, ਮਿਸਾਲ ਹੈ। ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ, ਕਰੋੜਾਂ ਰਾਜੇ ਬਣਾਏ ਕਪਾਏ, ਬਣਾਏਗਾ ਕਪਾਏ, ਸਭ ਕੁਛ ਨੀ ਦੇ ਕਰੋੜਾਂ ਬ੍ਰਹਮੰਡ ਹਨ। ਅਕਾਲ ਪੁਰਖ ਕੀ ਦੇ ਮੋ ਕੋਟ ਕੁਸ਼ਨ ਮਹੇਸ਼ ਕੋਟ ਇੰਦਰ ਮਹਾਂ ਤੇਰਸ ਕੋਟ ਦਿਲੇ, ਕਰੋੜਾਂ ਬ੍ਰਹਮੰਡ ਉਸ ਵਾਹਿਗੁਰੂ ਦੇ ਵਿੱਚ ਹੀ ਉੱਡਦੇ ਫਿਰਦੇ ਜਿਵੇਂ ਆਕਾਸ਼ ਵਿੱਚ ਬੇਲੂਨਾਂ ਉੱਡੀਆਂ। ਸਵਾਈਓ ਕਰੋੜਾਂ ਹੀ ਰਾਜੇ ਮਹਾਰਾਜੇ ਬਣਾਏ, ਬਣਾਏਗਾ ਕੋ ਪੈ ਗਿਆ। ਸੋ ਉਹ ਵਾਹਿਗੁਰੂ ਅੰਤਰਜਾਮੀ ਨੇ ਸੰਸਾਰ ਇੱਕ ਖੇਲ ਰਚੇ, ਕਿਲਾ ਰਚੇ, 84 ਲੱਖ ਜਵਾਨ ਬਣਾਏ, ਇੱਕ ਜਵਾਨੀ ਵੀ ਪਤਾ ਨਹੀਂ ਕਿਤਨੇ ਹਿਸਾਬ ਕੋਈ ਨਹੀਂ, ਸਾਰਿਆਂ ਵਿੱਚੋਂ ਮਾਨੁਖ ਦੇ ਮਨੁੱਖਾ ਦੇ ਨੂੰ ਮੁੱਖ ਰੱਖਿਆ, ਇਸਨੂੰ ਤਮਾਮ ਜਵਾਨੀਆਂ ਦਾ ਬਾਦਸ਼ਾਹ ਕਥਨ ਕੀਤਾ। ਇਸ ਧਰਤੀ ਪਰ ਤੇਰੀ ਸ਼ਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, ਲੱਖ 84 ਜੋਨ ਸਵਾਈ, ਮਾਨਸ ਕੋ ਪਰ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ, ਲੱਖ 84 ਜੋਨ ਵਿੱਚ ਉੱਤਮ ਜਨ ਸੋ ਮਾਨਸ ਦੇ, ਤਮਾਮ ਜੋਨੀਆਂ ਵਿੱਚੋਂ ਮਾਨੁੱਖ ਦੇ ਬਾਦਸ਼ਾਹ ਦੇ ਹੀ ਹੈ। ਭਾਵੇਂ ਮਨੁੱਖ ਮਨੁੱਖ ਦੇ ਨਾਤੇ ਗਰੀਬ ਵੀ ਮਨੁੱਖ ਹੈ, ਬਾਦਸ਼ਾਹ ਵੀ ਮਨੁੱਖ ਹੈ, ਲੇਕਿਨ ਬਾਦਸ਼ਾਹ ਨੂੰ ਅਧਿਕਾਰ ਬਹੁਤੇ ਹੁੰਦੇ। ਇਸੀ ਤਰ੍ਹਾਂ ਜਿਤਨੇ ਹੋਰ ਜੋਨੀਆਂ ਹਨ, 5 ਤੱਤਾਂ ਦਾ ਸਰੀਰ ਔਰ 6 ਚੇਤਨ, ਉਹਨਾਂ ਵਿੱਚ ਵੀ ਇਹੀ ਲੇਕਿਨ ਮਨੁੱਖ ਨੂੰ, ਇਨਸਾਨ ਨੂੰ ਬਹੁਤੇ ਅਧਿਕਾਰ ਮਿਲੇ। ਇਹ ਮਾਨੁੱਖ ਦੇ ਰੂਪੀ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਹੈ, ਬਾਕੀ ਦੇ ਦਰਵਾਜ਼ੇ ਬੰਦ ਹਨ।
ਇਸ ਕਰਕੇ ਇਸ ਮਾਨਸ ਦੇ ਵਿੱਚ ਆ ਕੇ ਇਸਨੇ ਗੁਰੂ ਅਰਜਨ ਦੇਵ ਮਹਾਰਾਜ ਇਉਂ ਸਿੱਖਿਆ ਦਿੰਦੇ ਨੇ ਭਈ ਪ੍ਰਾਪਤ ਮਾਨੁਖ ਦੇ ਹੋ ਰਹੀ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸਿੰਘ ਪਰ ਕੇਵਲ ਇਹੋ ਤੇਰੀ ਵਾਰੀ ਗੋਬਿੰਦ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ ਅਵਰ ਕਾਜ ਤਰਿਕ ਤੇ ਨਾ ਕਾਮ ਮਿਲ ਸਾਧ ਸੰਗਤ ਹਰਿ ਕੇ ਵਰਨਾਮ ਮਾਨੁਖ ਤਨ ਲੱਖ 84 ਨੌਨ ਵਿੱਚੋਂ ਬਾਦਸ਼ਾਹ ਦੇਹੀ ਹੈ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ
ਯਾਨੀ ਪ੍ਰਭੂ ਪ੍ਰਾਪਤੀ ਵਾਸਤੇ ਜੋ ਕੁਛ ਚਾਹੀਦਾ ਇਸ ਨੂੰ ਪ੍ਰਾਪਤ ਹੈ, ਹੋਰ ਜੋਨੀਆਂ ਨੂੰ ਨਹੀਂ। ਉਹਨਾਂ ਨੂੰ ਪੂਰਾ ਅੰਤਕਰਨ ਹੀ ਨਹੀਂ ਮਿਲਿਆ ਹੋਇਆ। ਹੋਰ ਜੋਨੀਆਂ ਨੂੰ ਪੂਰਾ ਅੰਤਕਰਨ ਮਨ ਚਿੱਤ ਬੁੱਧ ਹੰਕਾਰ ਨੂੰ ਕਹਿੰਦੇ, ਮਨ ਉਹਨਾਂ ਨੂੰ ਹੈ। ਉਹ ਗਰਮੀ ਸਰਦੀ ਮੰਨਦੇ ਹਨ, ਭੁੱਖ ਪਿਆਸ ਮੰਨਦੇ ਹਨ, ਉਹ ਮਮਤਾ ਵੀ ਉਹਨਾਂ ਨੂੰ ਹੈ, ਲੜਦੇ ਪਿੜਦੇ ਵੀ। ਲੇਕਿਨ ਉਹਨਾਂ ਨੂੰ ਵਿਵੇਕ ਬੁੱਧ ਨਹੀਂ ਪ੍ਰਾਪਤ, ਵਿਚਾਰ ਸ਼ਕਤੀ ਨਹੀਂ ਹੈ, ਵਿਚਾਰ ਦੀ ਰੋਸ਼ਨੀ ਨਹੀਂ। ਇਹ ਨਹੀਂ ਉਹ ਸਮਝ ਸਕਦੇ ਅਸੀਂ ਕੀ ਹਾਂ, ਕਿੱਥੋਂ ਆਏ ਹਾਂ, ਕਾਹਦੇ ਵਾਸਤੇ ਆਏ ਹਾਂ, ਸਾਡਾ ਕੀ ਪ੍ਰਯੋਜਨ ਹੈ, ਕੀ ਕੁਛ ਕਰਨ ਦਾ ਕੀ ਫਲ ਹੈ, ਕੀ ਨਹੀਂ। ਇੱਥੇ ਆਦਿ ਜਿਹੜੀਆਂ ਵਿਚਾਰਾਂ ਹਨ, ਇਹ ਸਿਰਫ ਮਾਨੁਖ ਨੂੰ ਹੀ ਪ੍ਰਾਪਤ ਹਨ। ਤਾਂ ਇਸ ਮਾਨੁਖ ਦੇ ਵਿੱਚ ਆਖ ਵਿੱਚ ਉਹ ਅਜਿਹੀ ਦਰਜਾ ਰੱਖਿਆ ਹੋਇਆ ਹੈ। ਤਾਂ ਤੇ ਆਹੀਓ ਫਰਮਾਉਂਦੇ ਹਨ, ਇਹ ਮਾਨੁਖ ਦੇ ਰੂਪੀ ਦਰਵਾਜ਼ਾ, ਖੁੱਲ੍ਹਾ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ, ਸਾਰੇ ਦੁੱਖਾਂ ਦਾ ਛੁਟਕਾਰਾ ਪਾਉਣ ਵਾਸਤੇ, ਆਨੰਦ ਦੇ ਸਾਗਰ ਵਾਹਿਗੁਰੂ ਦੇ ਜੀ ਤੋਂ ਵਿਛੜੇ ਹਾਂ, ਵਿਛੜ ਕੇ 84 ਲੱਖ ਜੀਵਨ ਦੀਆਂ ਤਕਲੀਫਾਂ ਉਠਾ ਚੁੱਕੇ ਹਾਂ, ਉਸਦੀ ਪ੍ਰਾਪਤੀ ਵਾਸਤੇ ਇਹੀ ਮੌਕਾ ਹੈ। ਅਗਰ ਮਨ ਰੂਪੀ ਸਿਰ ਦੇ ਵਿੱਚ ਵਿਕਾਰਾਂ ਰੂਪੀ ਉੱਠਦੀ ਰਹੀ, ਇਸ ਸਮੇਂ ਨੂੰ ਖੁੱਲ੍ਹੇ ਦਰਵਾਜ਼ੇ ਨੂੰ ਇਉਂ ਲੰਘਾ ਤਾ, 4 ਦਿਨ ਦੁਨੀਆਂ ਦੇ ਵਿੱਚ, ਫਿਰ ਫਲ ਕੀ ਹੁੰਦਾ, ਉਹੀ ਅਗਲਾ 84 ਦਾ ਚੱਕਰ ਫਿਰ ਤਿਆਰ ਹੈ। ਤਾਂ ਤੇ ਇਸ ਮਾਨਵਤਨ ਦੀ ਸਫਲਤਾ ਵਾਸਤੇ, ਇਸਦੀ ਕਦਰ ਕਰਨ ਵਾਸਤੇ, ਇਸ ਤੋਂ ਲਾਭ ਉਠਾਉਣ ਵਾਸਤੇ, ਨਿਲ ਸਾਧ ਸੰਗਤ ਭਜ ਕੇਵਲ, ਸਤਸੰਗਤ ਔਰ ਵਾਹਿਗੁਰੂ ਦੇ ਭਜਨ ਦੁਆਰਾ ਪ੍ਰਭੂ ਦਾ ਮਿਲਾਪ ਹੁੰਦਾ ਹੈ। ਤਾਂ ਤੇ ਜਿਵੇਂ ਸਕੂਲਾਂ ਕਾਲਜਾਂ ਤੋਂ ਬਿਨਾਂ ਦੁਨਿਆਵੀ ਐਜੂਕੇਸ਼ਨ, ਦੁਨਿਆਵੀ ਪੜ੍ਹਾਈ, ਦੁਨਿਆਵੀ ਵਿੱਦਿਆ ਨਹੀਂ ਹਾਸਲ ਹੁੰਦੀ, ਇਸੀ ਤਰ੍ਹਾਂ ਇਹ ਪਰਮਾਰਥਕ ਵਿੱਦਿਆ, ਰੂਹਾਨੀ ਸੂਝਬੂਝ ਸਤਸੰਗ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਆਓ, ਇਹ ਮਾਨਵ ਤਨ ਦਾ ਦਰਸ਼ਨ ਇਹ ਪ੍ਰਯੋਜਨ ਹੈ। Yeah.
ਜਨਮਤ ਮੋਇਓ ਮੋਹਣੀ ਮਾਇਆ ਆਇਆ ਤਾਂ ਭਜਨ ਕਰਨ ਵਾਸਤੇ, ਭਜਨ ਕਰਕੇ ਪ੍ਰਭੂ ਪ੍ਰਾਪਤੀ ਵਾਸਤੇ ਆਉਣ ਦਾ ਅਸਲ ਪ੍ਰਯੋਜਨ ਤਾਂ ਇਹ ਕੁਛ ਹੈ, ਲੇਕਿਨ ਇਸ ਪ੍ਰਯੋਜਨ ਨੂੰ ਭੁੱਲ ਗਿਆ, ਇਸ ਕੰਮ ਨੂੰ ਭੁੱਲ ਗਿਆ। ਸਿਰਫ ਆਪਣੀ ਜ਼ਿੰਦਗੀ ਇਸਨੇ ਮਾਇਆ ਤੱਕ ਹੀ ਮਹਿਦੂਦ ਰੱਖ ਲਈ। ਇਹ ਸਮਝਦਾ ਮੈਂ ਦੁਨੀਆਂ ਵਿੱਚ ਧਨ ਦੌਲਤ ਕਮਾਵਾਂ, ਐਸ਼ੋ ਇਸ਼ਰਤ ਕਰਾਂ, ਬਹੁਤ ਦੁਨਿਆਵੀ ਕੰਮਾਂ ਤੱਕ ਹੀ ਆਪਣੇ ਆਪ ਨੂੰ ਸਮਝਿਆ। ਦਰਅਸਲ ਇਹ ਇਸਦੀ ਗਲਤੀ ਹੈ। ਇਹ ਵਿਵਹਾਰਕ ਫਰਜ਼ ਇਸਦਾ ਹੈ, ਵਿਵਹਾਰ ਕਰਨਾ ਨੇਕ ਨੀਅਤੀ ਦਾ, ਪਰ ਪਰਮਾਰਥਕ ਫਰਜ਼ ਜਿਹੜਾ ਹੈ ਉਹ ਪ੍ਰਭੂ ਪ੍ਰਾਪਤੀ ਵਾਸਤੇ। ਕਿਉਂ ਇਸ ਫਰਜ਼ ਦੇ ਉੱਪਰ ਕਿਉਂ ਨਹੀਂ ਇਹ ਤਤਪਰ ਹੁੰਦਾ? ਮਾਇਆ ਈਸ਼ਵਰੀ ਮਾਇਆ ਬੜੀ ਪ੍ਰਬਲ, ਇਸਨੇ ਇਸਨੂੰ ਭੁਲਾ ਦਿੱਤਾ ਹੋਇਆ, ਅਸਲੀਅਤ ਤੋਂ ਭੁਲਾ ਦਿੱਤਾ, ਗਲਤ ਰਸਤੇ 'ਤੇ ਚਲਾ ਦਿੱਤਾ ਹੋਇਆ ਹੈ। ਮਾਇਆ ਵਿੱਚ ਪ੍ਰਭੂ ਨੂੰ ਬੁਲਾਉਣ ਦੀ ਬੜੀ ਸ਼ਕਤੀ ਹੈ, ਬੜੀ ਤਾਕਤ ਹੈ। ਸੋ ਇੱਕ ਦ੍ਰਿਸ਼ਟਾਂਤ ਦੁਆਰਾ ਪਤਾ ਲੱਗੇਗਾ ਮਾਇਆ ਕਹਿੰਦੀ ਕੀ, ਮਾਇਆ ਦਾ ਸਰੂਪ ਕੀ ਹੈ। ਮਾਇਆ ਉਹਨੂੰ ਕਹਿੰਦੇ ਜੋ ਅਸਲੀਅਤ ਤੋਂ ਭੁਲਾ ਦੇਵੇ, ਉਹਦੀ ਬਜਾਏ ਹੋਰ ਵੀ ਹੋਰ ਕੁਛ ਦਿਖਾ ਦੇਵੇ। ਜਾਦੂ ਵਾਲੀ ਗੱਲ, ਇੱਕ ਕੋਈ ਰਾਜਾ ਆਪਣੇ ਦੀਵਾਨ ਖਾਨੇ ਵਿੱਚ ਆਪਣਾ ਦਰਬਾਰ ਲਗਾਈ ਬੈਠਾ, ਵਜ਼ੀਰ ਮਸ਼ੀਰ ਹਲਕਾ ਉਹ ਵੀ ਦਰਬਾਰ ਵਿੱਚ ਬੈਠੇ ਹੋਏ ਹਨ, ਰਾਜਸੀ ਹੁਕਮ ਕਾਮ ਸੁਣਾਏ ਜਾ ਰਹੇ ਹਨ। ਇੱਕ ਮਦਾਰੀ ਤਮਾਸ਼ੇ ਕਰਨ ਵਾਲਾ ਆਉਂਦਾ ਹੈ, ਬਾਹਰ ਪਹਿਰੇਦਾਰ ਦਰਬਾਨ ਖੜਾ, ਉਸਨੂੰ ਆ ਕੇ ਕਹਿੰਦਾ ਦਰਬਾਨ ਬੋਲੋ ਰਾਜਾ ਜੀ ਨੂੰ ਜਾ ਕੇ, ਮੈਂ ਇੱਕ ਤਮਾਸ਼ੇ ਕਰਨ ਵਾਲਾ, ਬੜੇ ਅੱਛੇ ਅੱਛੇ ਤਮਾਸ਼ੇ ਕਰਨ ਜਾਣਦਾ ਹਾਂ, ਮੈਨੂੰ ਅੱਗੇ ਬੁਲਾਉਣ, ਮੇਰੇ ਤੋਂ ਪੇਛਾ ਤਮਾਸ਼ਾ ਦੇਖਣ, ਤਮਾਸ਼ਾ ਦਿਖਾਵਾਂ ਅਤੇ ਮੈਂ ਇਨਾਮ ਪ੍ਰਾਪਤ ਕਰਾਂ। ਦਰਬਾਰ ਨੇ ਅੱਗੇ ਆ ਕੇ ਅਰਜ਼ ਕਰ ਦਿੱਤੀ ਵੀ ਜਹਾਂ ਆਪਣਾ ਇੱਕ ਮਦਾਰੀ ਖੜਾ ਹੋਇਆ, ਉਹ ਕਹਿੰਦਾ ਮੈਂ ਬਹੁਤ ਅੱਛੇ ਅੱਛੇ ਤਮਾਸ਼ੇ ਕਰਨ ਜਾਣਦਾ ਹਾਂ, ਮੈਂ
ਕੋਈ ਅੱਛਾ ਤਮਾਸ਼ਾ ਦਿਖਾ ਕੇ ਸਰਕਾਰ ਤੋਂ ਇਨਾਮ ਪ੍ਰਾਪਤ ਕਰਨ, ਉਸਨੂੰ ਆਪ ਬੁਲਾਓ ਅਤੇ ਉਸ ਤੋਂ ਕੋਈ ਤਮਾਸ਼ਾ ਦੇਖੋ। ਉਸਨੇ ਕਿਹਾ ਰਾਜਾ ਨੇ ਉਸਨੂੰ ਭੇਜ ਦਿਓ, ਮਦਾਰੀ ਨੂੰ ਭੇਜ ਦਿੱਤਾ ਗਿਆ। ਮਦਾਰੀ ਨੇ ਆ ਕੇ ਚੁੱਪ ਚੁੱਪ ਰਾਜਾ ਨੂੰ ਸਲਾਮਾਂ ਕੀਤੀਆਂ। ਉਸ ਤੋਂ ਬਾਅਦ ਰਾਜਾ ਕਹਿਣ ਲੱਗੇ, ਦੱਸ ਬਈ ਤੂੰ ਕੌਣ ਹੈ? ਉਸਨੇ ਕਿਹਾ, ਸਰਕਾਰ ਮੈਂ ਬੜੇ ਅੱਛੇ ਅੱਛੇ ਤਮਾਸ਼ੇ ਕਰਨ ਜਾਣਦਾ, ਅਗਰ ਹੁਕਮ ਹੋਵੇ ਕੋਈ ਅੱਛਾ ਤਮਾਸ਼ਾ ਹਜ਼ੂਰ ਨੂੰ ਦਿਖਾਵਾਂ ਅਤੇ ਇਨਾਮ ਪ੍ਰਾਪਤ ਕਰਾਂ। ਰਾਜਾ ਕਹਿੰਦਾ, ਬਈ ਤਮਾਸ਼ੇ ਤਾਂ ਬੜੇ ਚੰਗੇ ਚੰਗੇ ਦੇਖੇ ਹਨ, ਪਰ ਜੇ ਤੂੰ ਹਸ਼ਮਨ ਸ਼ਾਹ ਤਮਾਸ਼ਾ ਦਿਖਾ ਰਹੇ ਨੇ ਤਾਂ ਤੇਰਾ ਤਮਾਸ਼ਾ ਦੇਖ ਲਈਏ ਔਰ ਤੈਨੂੰ ਇਨਾਮ ਵੀ ਬਹੁਤ ਸਾਰਾ ਦੇ ਦੇ, ਸਰਕਾਰ ਹੁਕਮ ਕਰੋ ਜੈਸਾ ਹਜ਼ੂਰ ਦੀ ਮਨਸ਼ਾ। ਕਹਿੰਦੇ, ਦੇਖ ਇੱਕ ਤਾਂ ਮੈਨੂੰ ਦੇਵਤਿਆਂ ਦੇ ਦਰਸ਼ਨ ਦਾ ਸ਼ੌਕ ਹੈ ਅਗਰ ਤੂੰ ਕਰਾ ਸਕੇ, ਦੂਜੀ ਗੱਲ ਜੋ ਕੋਈ ਤਮਾਸ਼ਾ ਤੂੰ ਦਿਖਾਵੇਂ ਉਹ ਕੋਈ ਚੰਗੀ ਸ਼ਿਕਸ਼ਾ ਵੀ ਉਸ ਤੋਂ ਮਿਲ ਜਾਵੇ ਤਾਂ ਚੰਗੀ ਗੱਲ, ਸਰਕਾਰ ਐਸਾ ਹੀ ਹੋਏਗਾ। ਇੰਨੀ ਗੱਲ ਕਹਿ ਕੇ ਕਹਿੰਦੇ, ਦੇਖੋ ਮੈਂ ਦੇਵਲੋਕ ਨੂੰ ਦੇਵਤਿਆਂ ਦੇ ਨਾਲ ਜੰਗ ਕਰਨ ਵਾਸਤੇ ਜਾਣਾ ਹਾਂ, ਉਹਨਾਂ ਨਾਲ ਜੰਗ ਕਰਕੇ ਮਾਰ ਮਾਰ ਗਰਾਈ ਜਾਵਾਂਗਾ, ਉਹਨੂੰ ਦਰਸ਼ਨ ਤੁਸੀਂ ਕਰੀ ਜਾ, ਪਰ ਆ ਮੇਰੀ ਸੁਪਤਨੀ ਉਤਨੀ ਦੇਰ ਤੱਕ ਇਸ ਨੂੰ ਆਪਣੀ ਲੜਕੀ ਦੇ ਮਹਿਲਾਂ ਵਿੱਚ ਭੇਜ ਦੇ, ਆ ਕੇ ਵਾਪਸ ਮਿਲ ਲੈ ਜਾਵਾਂਗਾ। ਰਾਜਾ ਕਹਿੰਦਾ, ਠੀਕ ਹੈ, ਮੇਰੀ ਧਰਮ ਬੇਟੀ ਹੈ, ਆਪਣੀ ਲੜਕੀ ਦੇ ਮਹਿਲਾਂ ਵਿੱਚ ਭੇਜ ਦਿੱਤਾ ਗਿਆ ਸੀ। ਮਦਾਰੀ ਉੱਥੇ ਖੜਾ ਖੜਾ ਅਲੋਪ ਹੋ ਜਾਂਦਾ ਹੈ। ਆਸਮਾਨ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ, ਜਿਵੇਂ ਜੰਗ ਦੇ ਵਿੱਚ ਮਾਰ ਬੁਕਾਰਾ ਹੁੰਦਾ ਹੈ, ਗੋਲੀਆਂ ਚੱਲਦੀਆਂ ਨੂੰ ਖੜਾ ਖੜੂਈ ਹੁੰਦੀ ਹੈ, ਸਭ ਦੇ ਕੰਨ ਉੱਪਰ ਨੂੰ ਸੁਣ ਰਹੇ ਹਨ ਵੀ ਜੰਗ ਸ਼ੁਰੂ ਹੋ ਗਿਆ ਦੇਵਤਿਆਂ ਨਾਲ ਮਦਾਰੀ ਦਾ। ਕਿਤਨੇ ਨੂੰ ਕੀ ਦੇਖਿਆ, ਇੱਕ ਟੰਗ ਕੱਟੀ ਹੋਈ ਗਿਰ ਜਾਂਦੀ ਹੈ, ਦੂਸਰੀ ਟੰਗ ਕੱਟੀ ਹੋਈ ਗਿਰ ਗਈ, ਇੱਕ ਬਾਂਹ ਗਿਰ ਗਈ, ਦੂਸਰੀ ਬਾਂਹ ਕੱਟੀ ਗਿਰ ਗਈ, ਛੱਡ ਡਿੱਗ ਪਿਆ, ਉਸ ਤੋਂ ਬਾਅਦ ਸਿਰ ਡਿੱਗ ਪਿਆ, ਜਿਸ ਦੇ ਮੂੰਹ ਦੇ ਵਿੱਚੋਂ ਵੱਡੀ ਇਤਨੀ ਹਵਾ ਨਿਕਲ ਰਹੀ ਹੈ ਮਾਨੋ ਸਵਾ ਸਦ ਲੋਕਾਂ ਦੀਆਂ ਕੁਰਸੀਆਂ ਨੂੰ ਉਠਾ ਉਠਾ ਮਾਰ ਰਹੀ, ਔਰ ਆਵਾਜ਼ ਆਈ ਨਾਲ ਦੀ ਨਾਲ, ਦੇਖੋ ਸਰਕਾਰ ਯੇ ਪਵਨ ਦੇਵਤਾ ਹੈ, ਇਸਕੋ ਮੈਨੇ ਮਾਰ ਕਰ ਗਿਰਾਇਆ, ਆਪ ਦਰਸ਼ਨ ਕੀਜੀਏ। ਸਭ ਜਿਤਨੇ ਹੈ ਸਰਕਾਰ ਔਰ ਰਾਜਾ ਸਵਾ ਸਦ ਲੋਕ ਹਨ, ਦੇਖ ਕੇ ਹੈਰਾਨ ਹੁੰਦੇ ਹਨ, ਬਈ ਮਦਾਰੀ ਬੜਾ ਬਹਾਦਰ ਹੈ। ਤੈ ਫਿਰ ਜੰਗ ਸ਼ੁਰੂ ਹੈ, ਇਸੀ ਤਰ੍ਹਾਂ ਆਵਾਜ਼ਾਂ ਆਉਂਦੀਆਂ ਆਸਮਾਨ ਵਿੱਚ, ਫਿਰ ਇੱਕ ਟੰਗ ਡਿੱਗ ਪੈਂਦੀ ਹੈ, ਦੂਜੀ ਟੰਗ ਡਿੱਗ ਪੈਂਦੀ ਹੈ, ਬਾਂਹ ਡਿੱਗ ਪਈ, ਦੂਸਰੀ ਬਾਂਹ ਕੱਟੀ ਡਿੱਗ ਪਈ, ਥਰਡ ਡਿੱਗ ਪਿਆ, ਸਿਰ ਡਿੱਗਿਆ, ਜਿਹਦੇ ਮੂੰਹ ਦੇ ਵਿੱਚੋਂ ਬੜੀਆਂ ਅੱਗ ਦੀਆਂ ਲਾਟਾਂ ਨਿਕਲ ਗਈਆਂ। ਆਵਾਜ਼ ਆਈ, ਦੇਖੋ ਸਰਕਾਰ ਇਹ ਅਗਨ ਦੇਵਤਾ ਹੈ, ਇਸਕੋ ਮੈਨੇ ਮਾਰ ਕਰ ਗਿਰਾਇਆ, ਦਰਸ਼ਨ ਦੀ ਵਿਸ਼ਵਾਸ ਕੀ ਹੁੰਦਾ, ਉਹਦੇ ਮੂੰਹ ਦੇ ਵਿੱਚੋਂ ਅੱਗ ਨਿਕਲ ਗਿਆ, ਅਗਨ ਦੇਵਤਾ ਹੈ, ਪਹਿਲੇ ਦੇ ਮੂੰਹ ਦੇ ਵਿੱਚ ਹਵਾ ਨਿਕਲ ਗਈ ਸੀ, ਅਗਨ ਦੇਵਤਾ ਸੀ, ਐਸਾ ਵਿਸ਼ਵਾਸ ਹੈ। ਇਸੀ ਤਰ੍ਹਾਂ ਕਈ ਦੇਵਤਾ ਮਾਰ ਕੇ ਗਿਰਾਏ, ਅਖੀਰ ਸਵਰਗ ਦਾ ਰਾਜਾ ਤੇਤੀ ਗੁੜ ਦੇਵਤਾ ਦਾ ਰਾਜਾ ਦੇਵਰਾਜ ਸਿੰਘ, ਉਹਦੀ ਵਾਰੀ ਆਈ, ਉਹਦੀ ਟੰਗ ਡਿੱਗ ਪਈ, ਦੂਜੀ ਟੰਗ ਡਿੱਗ ਪਈ, ਬਾਂਹ ਦੂਸਰੀ ਬਾਂਹ ਗਿਰ ਗਈ, ਡਿੱਗ ਪਿਆ ਸਿਰ, ਡਿੱਗ ਸਿਰ ਦੇ ਉੱਪਰ ਬੜਾ ਕੀਮਤੀ ਮੁਕਟ ਡਿੱਗ ਸ਼ੁਰੂ ਹੋਇਆ, ਕਿਉਂ ਤੇਤੀ ਗਰੋੜ ਦੇਵਤਾ ਦਾ ਮਾਲਕ ਹੈ। ਆਵਾਜ਼ ਆਈ, ਦੇਖੋ ਸਰਕਾਰ ਇਹ ਦੇਵਰਾਜ ਇੰਦਰ ਹੈ, ਤੇਤੀ ਗਰੋੜ ਦੇਵਤਾ ਦਾ ਮਾਲਕ ਹੈ, ਮੈਨੇ ਮਾਰ ਕਰ ਗਾਇਆ ਹੈ, ਦਰਸ਼ਨ ਕੀਜੀਏ। ਸੋ ਇਹ ਸੁਣ ਕੇ ਸਭ ਨੂੰ ਵਿਸ਼ਵਾਸ ਹੁੰਦਾ, ਵਾਕਈ ਇਸ ਸ਼ਲਾਘਾ ਕਰਦੇ ਹਨ, ਖੁਸ਼ ਹੋ ਰਹੇ ਹਨ, ਜੀ ਮਦਾਰੀ ਬੜਾ ਬਹਾਦਰ ਹੈ, ਮੇਰਾ ਪੂਰਾ ਮਦਾਰੀ ਨਹੀਂ ਸੂਰਮਾ ਗਈ, ਕਿੱਡੇ ਕਿੱਡੇ ਦੇਵਤਿਆਂ ਨੂੰ ਮਾਰ ਕਰ ਗਿਰਾ ਰਿਹਾ, ਸਭ ਖੁਸ਼ ਹੋ ਰਹੇ ਹਨ। ਨਿਤਨੇ ਨੂੰ ਮਦਾਰੀ ਦੀ ਟੰਗ ਡਿੱਗ ਪਈ, ਦੂਜੀ ਟੰਗ ਡਿੱਗ ਪਈ, ਬਾਂਹ ਦੂਸਰੀ ਬਾਂਹ ਗਿਰ ਗਈ,
ਤੜ ਗਿਰ ਗਿਆ, ਸਿਰ ਡਿੱਗ ਗਿਆ। ਆਦਮੀ ਦੀ ਪਛਾਣ ਸਿਰ ਤੋਂ ਮੂੰਹ ਤੋਂ ਹੀ ਹੁੰਦੀ ਹੈ। ਉਹ ਕਹਿਣ ਲੱਗੇ, ਉਹ ਮਦਾਰੀ ਬੜਾ ਬਹਾਦਰ ਸੀ, ਬੜੇ ਦੇਵਤਿਆਂ ਨੂੰ ਮਾਰ ਕੇ ਗਿਰਾਇਆ, ਆਪ ਵੀ ਸ਼ਹੀਦ ਹੋ। ਹੁਣ ਕੀ ਕੀਤਾ ਜਾਏ? ਇਹਨਾਂ ਦੇ ਸਰੀਰਾਂ ਦਾ ਸੰਸਕਾਰ ਕਰਨਾ ਜਾਂ ਇੰਨੇ ਵਿਰੋਧ ਕਰੇ? ਸਾਹਮਣੇ ਖੁੱਲ੍ਹਾ ਮੈਦਾਨ ਹੈ, ਉਸਦੇ ਵਿੱਚ ਦੋ ਚਿਖਾਂ ਬਣਾਈਆਂ ਗਈਆਂ ਵੱਡੀਆਂ ਵੱਡੀਆਂ। ਇੱਕ ਚਿਖਾ ਦੇ ਉੱਪਰ ਜਿਤਨੇ ਦੇਵਤਾ ਲੋਕ ਸਨ ਉਹਨਾਂ ਦੇ ਅੰਗ ਇਕੱਠੇ ਕਰਕੇ ਰੱਖ ਦਿੱਤੇ, ਲਾਂਬੂ ਲਾ ਦਿੱਤਾ। ਦੂਸਰੀ ਚਿਖਾ ਦੇ ਉੱਪਰ ਉਸ ਮਦਾਰੀ ਦੇ ਸੰਸਕਾਰ ਵਾਸਤੇ ਵਿਚਾਰ ਹੋਈ ਅਤੇ ਉਸਦੀ ਸੁਪਤਨੀ ਮਦਾਰੀ ਦੀ ਕਹਿਣ ਲੱਗੀ, ਮੈਂ ਪਤੀ ਦੇਵ ਨਾਲ ਸਤੀ ਹੋਣਾ। ਰਾਜਾ ਕਹਿਣ ਲੱਗਾ, ਤੂੰ ਮੇਰੀ ਧਰਮ ਬੇਟੀ ਨੇ, ਜਿਹੋ ਜਿਹੇ ਸੁੱਖ ਮੇਰੀ ਪੁੱਤਰੀ ਨੂੰ ਮਿਲਣਗੇ ਉਹੋ ਜਿਹੇ ਸੁੱਖ ਤੈਨੂੰ ਮਿਲਣਗੇ। ਭਜਨ ਪਾਠ ਵੀ ਸਮਾਂ ਗੁਜ਼ਾਰ, ਅੱਗ ਵੀ ਛੱਡਣ ਦਾ ਕੀ ਫਾਇਦਾ? ਕਹਿਣਗੇ, ਨਹੀਂ, ਮੇਰੀ ਪ੍ਰਤਿਗਿਆ ਹੈ, ਮੈਂ ਆਪਣੇ ਪਤੀ ਦੇਵ ਨਾਲ ਸਤੀ ਹੋਣਾ। ਬਹੁਤ ਸਾਰਾ ਸਮਝਾਉਣ ਦੇ ਬਾਵਜੂਦ ਵੀ ਉਸਨੇ ਆਪਣੇ ਹੱਕ ਨੂੰ ਨਾ ਛੋੜਿਆ ਸੀ। ਉਸਨੂੰ ਕਿਹਾ ਗਿਆ, ਤਿਆਰੀ ਕਰ ਲੈ, ਸਨਾਨ ਵਗੈਰਾ ਕਰਕੇ ਨਵੀਂ ਅੱਛੇ ਕੀਮਤੀ ਅਤੇ ਕੀਮਤੀ ਵਸਤਰ ਪਹਿਨ ਕੇ, ਗਹਿਣੇ ਵਗੈਰਾ ਪਹਿਨ ਕੇ। ਜਿਸ ਚਿਖਾ ਦੇ ਉੱਪਰ ਮਦਾਰੀ ਦੇ ਅੰਗ ਪਏ ਸਨ, ਔਰ ਲਾਂਬੂ ਲੱਗਿਆ ਸੀ, ਲੱਕੜ ਮੱਚ ਰਹੀ ਸੀ, ਉਸਦੇ ਵਿੱਚ ਛਲਾਂਗ ਮਾਰ ਕੇ ਉਹਦੀ ਸੁਪਤਨੀ ਵੀ ਸਰੀਰ ਸਤੀ ਹੋ ਗਈ। ਚਿਖਾ ਸ਼ਾਂਤ ਹੋ ਗਈਆਂ, ਸਭ ਨੂੰ ਖੁਸ਼ੀ ਵੀ ਹੋਈ, ਕੁਛ ਸ਼ੁੱਕ ਵੀ ਹੋਇਆ। ਅਖੀਰ ਥੋੜ੍ਹੀ ਦੇਰ ਤੋਂ ਬਾਅਦ ਮਦਾਰੀ ਆ ਕੇ ਚੁੱਪ ਚੁੱਪ ਰਾਜਾ ਨੂੰ ਸਲਾਮਾਂ ਕਰ, ਜੈ ਹੋ ਮਹਾਰਾਜਾ ਦੀ ਰਾਜ ਦੀ ਜੈ ਹੋ, ਮੇਰਾ ਤਮਾਸ਼ਾ ਆਪ ਨੂੰ ਚੰਗਾ ਲੱਗਿਆ, ਹੁਣ ਲਿਆ ਇਨਾਮ ਔਰ ਮੇਰੀ ਸੁਪਤਨੀ। ਰਾਜਾ ਕਹਿਣ ਲੱਗਾ, ਬਾਈ ਤੂੰ ਤਾਂ ਮਰ ਚੁੱਕਿਆ ਸੀ, ਉਹ ਤੇਰੀ ਚਿਖਾ ਪਈ ਹੋਈ, ਉਹ ਚਿਖਾ ਦੇ ਵਿੱਚ ਹੀ ਤੇਰੀ ਸੁਪਤਨੀ ਸਤੀ ਹੋ ਗਈ, ਇਸ ਵਾਸਤੇ ਉਹਨੂੰ ਕਿੱਥੋਂ ਦੇਵਾਂਗੇ? ਕਹਿਣਗੇ, ਸਰਕਾਰ ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਮੈਂ ਤੁਹਾਡੇ ਸਾਹਮਣੇ ਖੜਾ। ਜਿਹੜਾ ਪੁਰਸ਼ ਮਰ ਚੁੱਕਿਆ ਹੁੰਦਾ ਸਾਹਮਣੇ ਖੜੋ ਖੜਾ, ਮੈਂ ਤੁਹਾਡੇ ਸਾਹਮਣੇ ਖੜਾ। ਜੇ ਮਰਿਆ ਹੁੰਦਾ ਤੁਹਾਡੇ ਸਾਹਮਣੇ ਕੀ ਹੁੰਦਾ? ਲਿਆ ਇਨਾਮ ਤੇ ਮੇਰੀ ਗਰੀਬ ਸੁਪਤ ਨੇ। ਰਾਜਾ ਫਿਰ ਕਹਿਣਾ, ਇਨਾਮ ਤਾਂ ਤੈਨੂੰ ਦੇ ਰਿਹਾ, ਦੁੱਗਣਾ ਚੌਗਣਾ ਦਸ ਗੁਣਾ ਵੀਹ ਗੁਣਾ ਦੇ ਰਿਹਾ ਜਿੰਨਾ ਕੁ ਤੈਨੂੰ, ਪਰ ਤੇਰੀ ਸੁਪਤਨੀ ਕਿੱਥੋਂ ਦਿਆਂਗੇ? ਉਹ ਤਾਂ ਉਹਦੇ ਚਿਖਾ ਦੇ ਵਿੱਚ ਛੱਡ ਕੇ ਖਾਸ ਹੋ ਗਈ ਹੈ। ਮਦਾਰੀ ਫਿਰ ਕਹਿੰਦੇ, ਸਰਕਾਰ ਮੈਂ ਤੁਹਾਡੇ ਸਾਹਮਣੇ ਖੜਾ, ਜਦੋਂ ਮੈਂ ਹੀ ਨਹੀਂ ਮਰਿਆ ਤੇ ਮੇਰੀ ਸੁਪਤਨੀ ਕਿਵੇਂ ਸਤੀ ਹੋ ਗਈ ਹੈ? ਗੱਲ ਨਹੀਂ ਕੋਈ ਆਉਣੀ ਉਹਨਾਂ ਨੂੰ। ਫਿਰ ਉਸਨੇ ਕਿਹਾ, ਦੇਖੋ ਰਾਜੇ ਲੋਕਾਂ ਨੂੰ ਨਿਆਂਕਾਰੀ ਹੋਣਾ ਚਾਹੀਦਾ ਔਰ ਆਪਣੇ ਬਚਨ ਦੇ ਪਾਲਣ ਵਾਲੇ ਹੋਣਾ ਚਾਹੀਦਾ, ਲਿਆਓ ਮੇਰੀ ਸੁਪਤਨੀ। ਉਹਦੀ ਕਹਿਣ ਲੱਗੇ, ਸੁਪਤਨੀ ਤੇਰੀ ਕਿੱਥੋਂ ਦਿਆਂਗੇ? ਕਿਤਨੇ ਨੂੰ ਆਵਾਜ਼ ਆ ਰਹੀ ਹੈ, ਕਹਿਣ ਲੱਗੇ, ਦੇਖੋ ਇਸ ਰਾਜਾ ਨੇ ਮੈਨੂੰ ਪਟਕਾਣੀ ਬਣਾਉਣ ਵਾਸਤੇ ਸਭ ਜਿੰਦਰਿਆਂ ਦੇ ਅੰਦਰ ਕੈਦ ਕੀਤਾ। ਹੁਣ ਉਹ ਸਭ ਦੇ ਕੰਨ ਵਿੱਚ ਆਵਾਜ਼ ਪੈਂਦੀ ਹੈ। ਰਾਜਾ ਬੜਾ ਪਰਮਾਤਮਾ ਸੀ, ਬੜੀ ਸ਼ਰਮ ਆਈ ਵੀ ਇਸ ਚਰਜ ਬਾਤ ਹੈ, ਇਹ ਕੀ ਗੱਲ ਹੈ? ਬਹੁਤ ਸ਼ਰਮਿੰਦਾ ਚਾਹੁੰਦਾ ਹੈ ਧਰਤੀ ਵੇਲ ਦੇਵੇ ਹਰ, ਬਹੁਤ ਸ਼ਰਮਿੰਦਾ ਹੋਇਆ। ਜਦੋਂ ਕਾਫ਼ੀ ਦੇਰ ਤੱਕ ਇਹੀ ਜੀ ਦਿਸ਼ਾ ਰਹੀ ਅਤੇ ਮਦਾਰੀ ਕੇ, ਦੇਖੋ ਸੁਣੋ ਆਵਾਜ਼, ਇਹੀ ਜੀ ਆਵਾਜ਼ ਆ ਰਹੀ। ਅਸੀਂ ਜਦੋਂ ਬਹੁਤ ਸਾਰਾ ਸ਼ਰਮਿੰਦਾ ਹੁੰਦੇ ਦੇਖਿਆ, ਮੰਦਾਰੀ ਕਹਿਣ ਲੱਗਾ, ਸਰਕਾਰ ਘਬਰਾਓ ਨਾ, ਮੇਰੇ ਨਾਲ ਕੋਈ ਮੇਰੀ ਸੁਪਤਨੀ ਨਹੀਂ ਸੀ, ਮੈਂ ਕਿਸੇ ਦੇਵ ਲੋਕ ਵਿੱਚ ਦੇਵਤਿਆਂ ਦੇ ਨਾਲ ਜੰਗ ਕਰਨ ਵਾਸਤੇ ਨਹੀਂ ਗਿਆ, ਮੈਂ ਕੋਈ ਦੇਵਤਾ ਮਾਰ ਕੇ ਨਹੀਂ ਕਰਾਇਆ, ਜੋ ਕੁਛ ਦਿਖਾਇਆ ਆਪ ਨੂੰ ਆਪਣੇ ਜਾਦੂ ਦੇ ਬਲ ਕਰਕੇ ਦਿਖਾਇਆ, ਅਣਹੁੰਦਾ ਹੀ ਦਿਖਾਇਆ, ਇਸ ਕਰਕੇ ਸ਼ੋਕ ਕਰਨ ਦੀ ਲੋੜ ਨਹੀਂ। ਆਪਦਾ ਖਿਆਲ ਸੀ,
ਤਮਾਸ਼ਾ ਦੇਖਣ ਦਾ ਕੀ, ਦੇਵਤਿਆਂ ਦੇ ਦਰਸ਼ਨ ਦਾ, ਦੇਵਤਿਆਂ ਦੇ ਦਰਸ਼ਨ ਤੁਹਾਨੂੰ ਕਰਾ ਦਿੱਤੇ। ਫਿਰ ਦੂਸਰਾ ਤੁਹਾਡਾ ਖਿਆਲ ਸੀ ਤਮਾਸ਼ਾ ਕੋਈ ਸਿੱਖਿਆ ਦਾਤਾ ਵੀ ਹੋਵੇ, ਪਤਾ ਇਸ ਤਮਾਸ਼ੇ ਤੋਂ ਕੀ ਸਿੱਖਿਆ ਮਿਲਦੀ ਹੈ। ਕਹਿੰਦੇ ਦੇਖੋ ਮੈਂ ਇੱਕ ਮਦਾਰੀ ਹਾਂ, ਆਦਮੀ ਹਾਂ, ਮੇਰਾ ਜਾਦੂ ਤੁਹਾਨੂੰ ਕਿਤੇ ਵੀ ਲੋਕਾਂ ਨੂੰ ਹਰ ਸ਼ੋਕਤ ਲਈ ਹਰਕ ਕਰ ਸਕਦਾ, ਕੁਛ ਨਾ ਕੁਛ ਦਿਖਾ ਸਕਦਾ, ਅਣਹੋਈਆਂ ਚੀਜ਼ਾਂ ਹੋਈਆਂ ਕਰਕ ਦਿਖਾ ਸਕਦਾ। ਫਿਰ ਈਸ਼ਵਰ ਵਾਹਿਗੁਰੂ ਸਰਵ ਸ਼ਕਤੀਮਾਨ ਹੈ, ਉਹ ਅਨੰਤ ਸ਼ਕਤੀਆਂ ਦਾ ਮਾਲਕ, ਉਹਦੀ ਸ਼ਕਤੀ ਦਾ ਪਾਰਾਵਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ ਨਾ ਪਾ ਸਕੇ। ਉਹ ਆਪਣੀ ਮਾਇਆ ਕਰਕੇ, ਆਪਣੇ ਜਾਦੂ ਕਰਕੇ ਕਰੋੜਾਂ ਬ੍ਰਹਮੰਡਾਂ ਨੂੰ ਰਚਦਾ, ਔਰ ਉਹਨਾਂ ਨੂੰ ਸਾਰਿਆਂ ਨੂੰ ਆਪਣੀ ਮਾਇਆ ਦੇ ਬਲ ਹਰਕ ਸ਼ੋਕ ਦੇ ਵਿੱਚ ਗਰਕ ਕਰ ਸਕਦਾ। ਪਰ ਬ੍ਰਹਮੰਡ ਕਹੇ ਜੇ ਜਿਵੇਂ ਮੇਰਾ ਖੇਲ ਅਣਹੋਇਆ ਹੀ ਸੀ, ਕਿਸੀ ਦਾ ਇਹ ਅਣਹੋਇਆ ਹੈ ਨਾ। ਇਸ ਖੇ ਜਾਣਦਾ ਕੌਣ ਹੈ, ਉਸਨੂੰ ਖੁਦ ਜਾਣਦਾ ਹੈ ਵਾਹਿਗੁਰੂ ਆਪ, ਜਾਂ ਕੋਈ ਉਸਦਾ ਸਰੂਪ ਤੱਤ ਹੈ ਤੇ ਉਹ ਜਾਣਦੇ ਹਨ। ਇਸੀ ਕਰਕੇ ਮਾਇਆ ਕਹਿੰਦੇ ਉਸਨੂੰ ਹੈ ਨਾ, ਹੋਵੇ ਕੁਛ ਨਾ ਹੁੰਦਾ ਹੀ ਦਿਸੀ ਜਾਵੇ, ਉਸਦਾ ਨਾਮ ਹੀ ਦਰਅਸਲ ਮਾਇਆ ਹੈ। ਈਸ਼ਰੀ ਮਾਇਆ ਜਾਦੂ ਅਨੇਕਾਂ ਨਾਵਾਂ ਕਰਕੇ, ਅਵਿਦਿਆ ਆਦਿ ਇਸਨੂੰ ਕਿਉਂ ਅਨੇਕਾਂ ਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ। ਇਹ ਜੀਵ ਆਇਆ ਤਾਂ ਭਜਨ ਕਰਨ ਵਾਸਤੇ, ਪ੍ਰਭੂ ਨੂੰ ਮਿਲਣ ਵਾਸਤੇ, ਪਰ ਈਸ਼ਰੀ ਮਾਇਆ ਨੇ ਇਹਨੂੰ ਕੁਛ ਤਾਂ ਕੁਛ ਦਿਖਲਾ ਦਿੱਤਾ, ਉਹਦੇ ਵਿੱਚ ਭਰਮ ਕੇ ਆਪਣੇ ਅਸਲੀ ਫਰਜ਼ ਨੂੰ ਭੁੱਲ ਗਿਆ ਹੈ। ਕਦੇ ਗੁਰੂ ਜੀ ਫਿਰ ਇਹ ਚਾਰ ਨਹੀਂ ਕਰਾਉਂਦੇ ਹੈ। Thank you.
ਆਵਨ ਤੋਂ ਇੱਕ ਹੈ ਸੁਖਾਇਆ, ਜਨਮ ਤਮੋਇਆ ਮੋਣੀ ਮਾਇਆ। ਇਹਦਾ ਅਸਲ ਫਰਜ ਮਾਨਵ ਤਨ ਧਾਰ ਕੇ ਰਹਿਮ ਦਾ ਭਜਨ ਕਰਕੇ ਉਸਨੂੰ ਮਿਲਣ ਦਾ ਉਪਰਾਲਾ ਕਰਨਾ ਹੈ। ਪਰ ਬਹੁਤ ਥੋੜ੍ਹੇ, ਬਹੁਤ ਵਿਰਲੇ ਹਨ ਇਸ ਫਰਜ਼ ਦੇ ਉੱਪਰ ਤੁਰੇ, ਇਸ ਫਰਜ਼ ਨੂੰ ਅਦਾ ਕਰਨ ਵਾਲੇ। ਬਾਕੀ ਬਹੁਤ ਲੋਕ ਭੁੱਲੇ ਹੋਏ, ਭੁੱਲ ਕਿਉਂ ਗਿਆ? ਮਾਇਆ ਨੇ ਭੁਲਾ ਦਿੱਤਾ, ਅਸਲੀਅਤ ਨੂੰ ਭੁਲਾ ਦਿੱਤਾ, ਪਿੱਛਾ ਕੁਛ ਹੀ ਦਿਖਲਾ ਦਿੱਤਾ। ਇਸੀ ਮਾਇਆ ਦੀ ਬਾਬਤ ਹੀ ਕਬੀਰ ਜੀ ਨੇ ਪ੍ਰਭੂ ਅੱਗੇ ਅਰਦਾਸਾਂ, ਬੇਨਤੀਆਂ, ਤਰਲੇ ਜੋਦੜੀਆਂ ਕਰਨ ਦੇ ਵਾਸਤੇ ਇਉਂ ਸਮਝਾਇਆ ਹੈ, ਪ੍ਰਭੂ ਮਿਹਰ ਕਰੋ, ਆਪਣੀ ਮਾਇਆ ਨੂੰ ਸੰਕੋਚੋ, ਤਾਂ ਕਿ ਅਸੀਂ ਮਾਨਵ ਤਨ ਜੋ ਉਤਾਰਿਆ ਇਸਨੂੰ ਤੇਰਾ ਭਜਨ ਕਰਕੇ ਸਫਲਾ ਕਰ ਸਕੀਏ। ਇਉਂ ਪ੍ਰਾਰਥਨਾ ਆਇਆ। ਜਗਦੀਸ਼ ਗੁਸਮੇ ਤੁਮਰੇ ਚਰਨ ਵਿਸਾਰੇ, ਇੰਚ ਪ੍ਰੀਤਨ ਉੱਤੇ ਜਨਕੋ ਜਨਕਾ ਗਰੇ ਵਿਚਾਰੇ। ਹੈ ਪ੍ਰਭੂ ਇਹ ਅੰਤਰਯਾਮੀ, ਇਹ ਪਤਤ ਪਾਵਕ, ਇਹ ਕਰਨ ਕਾਰਨ ਸਰਵ ਸ਼ਕਤੀਮਾਨ, ਇਸ ਮਾਇਆ ਨੇ ਆਪਦੇ ਚਰਨ ਵਿਸਾਰ ਦਿੱਤੇ, ਭੁਲਾ ਦਿੱਤੇ। ਕਿਰਪਾ ਕਰੋ ਇਸ ਮਾਇਆ ਨੂੰ ਸੰਕੋਚੋ, ਇਸ ਮਾਇਆ ਨੂੰ ਹੁਕਮ ਕਰੋ, ਤਾਂ ਕਿ ਜੀਵਾਂ ਦੇ ਉੱਪਰ, ਸਾਡੇ ਮਨਾਂ ਦੇ ਉੱਪਰ ਆਪਣਾ ਬਲ ਪਾ ਕੇ ਤੈਨੂੰ ਨਾ ਭੁਲਾ ਸਕੇ ਮਾਇਆ। ਲੋਕ ਜ਼ਿਆਦਾਤਰ ਮਾਇਆ ਧਨ ਦੌਲਤ ਨੂੰ ਹੀ ਮੰਨਦੇ, ਭਾਵੇਂ ਠੀਕ ਹੈ। ਇਹਦੇ ਤਿੰਨ ਸਰੂਪ ਮੰਨੇ ਸਿਆਣੇ ਪੁਰਸ਼ਾਂ, ਸੂਖਸ਼ਮ, ਜੜ ਔਰ ਚੇਤਨ। ਸਾਰੇ ਸਰੂਪ ਜਿਹੜੀ ਵਸਤੂ ਪਰਮੇਸ਼ਰ ਨੂੰ ਭੁਲਾ ਦੇ ਉਸਨੂੰ ਮਾਇਆ ਵਿੱਚ ਹੀ ਗਿਣਿਆ ਜਾਂਦਾ। ਹਾਂ, ਕਿਸੇ ਨੂੰ ਪੁੱਤਰ ਰੂਪ ਹੋ ਕੇ, ਕਿਸੇ ਨੂੰ ਧਨ ਰੂਪ ਹੋ ਕੇ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਪਰਮੇਸ਼ਰ ਤੋਂ ਭੁਲਾ ਦੇਵੇ ਉਸਨੂੰ ਹੀ ਮਾਇਆ ਮੰਨਿਆ ਜਾਂਦਾ। ਤਾਂ ਇਸ ਵਾਸਤੇ ਮਾਇਆ, ਗੁਰਮੁਖ ਇਸ ਮਾਇਆ ਵਿੱਚ ਰਹਿੰਦੇ ਹੋਏ ਇਉਂ ਨਿਰਲੇਪ ਰਹਿੰਦੇ ਜਿਵੇਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਉਹਦੇ ਖੰਭ ਸੁੱਕੇ ਦੇ ਸੁੱਕੇ ਹੁੰਦੇ।
ਕਮਲ ਪਾਣੀ ਵਿੱਚ ਰਹਿੰਦਾ, ਉਹਦੇ ਪੱਤਿਆਂ ਵਿੱਚ ਪਾਣੀ ਸਪਰਸ਼ ਨਹੀਂ ਕਰਦਾ, ਪ੍ਰਵੇਸ਼ ਨਹੀਂ ਕਰਦਾ। ਜੈਸੇ ਜਲ ਮੈਂ ਕਮਲ ਨਿਰਾਲਮ, ਨਰਾਈ ਨੇ ਸਾਣੇ ਸੁਤ ਸ਼ਬਦ ਪ੍ਰਭ ਸਾਗਰ ਕਰੀਏ ਨਾਨਕ ਨਾਮ। ਹਾਂ, ਕਬੀਰ ਜੀ ਮਾਇਆ ਦਾ ਸਰੂਪ ਕੀ ਦੱਸਦੇ ਹਨ? ਭਗਤ ਕਬੀਰ ਜੀ ਕਾਸ਼ੀ ਵਿੱਚ ਹੋਏ, ਵਾਹਿਗੁਰੂ ਦੀ ਭਗਤੀ ਕਰਦੇ ਹਨ, ਦਰਸ ਵਿੱਚ ਹਨ, ਆਪਣਾ ਕੰਮ ਕਾਰ ਵੀ ਕਰਦੇ ਹਨ, ਲੇਕਿਨ ਮੁੱਖ ਫਰਜ਼ ਆਪਣਾ ਕੀ ਜਾਣਦੇ ਹਨ? ਵਾਹਿਗੁਰੂ ਦਾ ਭਜਨ ਕਰਨਾ, ਸੰਤਾਂ ਦੀ ਸੇਵਾ। ਇਨਸਾਨ ਜਿਹੀ ਜੀ ਸੁਸਾਇਟੀ ਵਿੱਚ ਮੂਵ ਕਰਦਾ ਹੈ, ਜਿਹੀ ਜੀ ਸੰਗਤ ਵਿੱਚ ਵਿਚਰਦਾ ਹੈ, ਵੈਸਾ ਹੀ ਹੋ ਜਾਂਦਾ ਹੈ। ਇਹਦੇ ਉੱਪਰ 100% ਦੀ ਸੁਸਾਇਟੀ ਦਾ ਅਸਰ ਹੁੰਦਾ ਹੈ। ਕਬੀਰ ਮਨ ਪੰਖੀ ਫਿਆ ਉਡ ਉਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਜਿਹੀ ਜੀ ਕੋਈ ਸੰਗਤ ਕਰਦਾ ਹੈ, ਵੈਸਾ ਉਹ ਬਣ ਜਾਂਦਾ। ਦੁਨੀਆਂ ਦੇ ਵਿੱਚ ਚੋਰਾਂ ਦੀ ਸੰਗਤ ਕਰਨ ਵਾਲਾ ਪੁਰਸ਼ ਚੋਰ ਹੋ ਜਾਂਦਾ, ਠੱਗਾਂ ਦੀ ਸੰਗਤ ਕਰਨ ਵਾਲਾ ਠੱਗ ਬਣ ਜਾਂਦਾ, ਸ਼ਰਾਬੀਆਂ ਦੀ ਸੰਗਤ ਸ਼ਰਾਬੀ ਬਣਾਉਂਦੀ, ਜੂਏਬਾਜ਼ਾਂ ਦੀ ਜੂਏਬਾਜ਼ ਬਣਾਉਂਦੀ। ਇਸੇ ਤਰ੍ਹਾਂ ਭਜਨ ਕਰਨ ਵਾਲਿਆਂ ਦੀ ਸੰਗਤੀ ਇਸਨੂੰ ਭਜਨ ਦਾ ਵੱਲ ਸਿਖਾਉਂਦੀ ਹੈ। ਜਿਹੋ ਜਿਹੀ ਸੰਗਤ ਕਰਦਾ ਵੈਸਾ ਇਨਸਾਨ ਹੋ ਜਾਂਦਾ। ਇਨਸਾਨ ਕੀ ਹੈ? ਜਿਹੋ ਜਿਹੇ ਦੇ ਖਿਆਲਾਤ ਔਰ ਕਰਤੱਵ ਹਨ, ਇਨਸਾਨ ਨੂੰ ਹਾਜ਼ਰ ਕੁਛ ਹੈ, ਸਾਡੇ ਚੰਮ ਦਾ ਨਾਮ ਇਨਸਾਨ। ਸੋ ਆਓ ਇਉਂ ਕਬੀਰ ਜੀ ਗ੍ਰਸਤ ਵਿੱਚ ਹੋਏ ਹਨ, ਆਪਣਾ ਘਰ ਦਾ ਕਾਰੋਬਾਰ ਕਰਦੇ ਸਨ, ਲੇਕਿਨ ਮੂੰਹ ਮਾਇਆ 'ਤੇ ਉੱਚੇ ਹੋ ਕੇ। ਸੋ ਇਸੀ ਤਰ੍ਹਾਂ ਜਿਉਂ ਜਿਉਂ ਵਾਹਿਗੁਰੂ ਦੀ ਭਗਤੀ ਕਰਦੇ ਔਰ ਸੰਤਾਂ ਦੀ ਸੰਗਤ ਕਰਦੇ, ਸੰਤਾਂ ਦੀ ਸੰਗਤ ਕਿਉਂ ਕਰਦੇ? ਉਹਨਾਂ ਦੀ ਸੰਗਤ 'ਤੇ ਵਾਹਿਗੁਰੂ ਦਾ ਪ੍ਰੇਮ ਪੈਦਾ ਹੁੰਦਾ। ਸਤਸੰਗ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਪ੍ਰੇਮ ਵੱਧਦਾ ਨਹੀਂ, ਪ੍ਰਭੂ ਦੇ ਵਿੱਚ ਸਮਾਈ ਨਹੀਂ ਹੁੰਦੀ। ਸਾਧ ਸੰਗਤ ਬਿਨ ਭਾਉ ਨਹੀਂ ਉਪਜਿਆ, ਭਾਉ ਬਿਨ ਭਗਤ ਨਾ ਹੋਏ ਤੇਰੀ। ਸਤਸੰਗ ਤੋਂ ਬਿਨਾਂ ਵਾਹਿਗੁਰੂ ਦਾ ਪ੍ਰੇਮ ਹਰਗਿਜ਼ ਪੈਦਾ ਨਹੀਂ ਹੁੰਦਾ। ਪ੍ਰੇਮ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾਂ ਭੈ ਦੀ ਗਤੀ। ਜਿਤਨੇ ਭੈ ਹਨ, ਜਿਤਨੇ ਡਰ ਹਨ, ਜਿਤਨੇ ਦੁੱਖ ਹਨ, ਉਹਨਾਂ ਦਾ ਖਾਤਮਾ ਨਹੀਂ ਹੁੰਦਾ। ਵਾਹਿਗੁਰੂ ਦੀ ਭਗਤੀ ਕਰਨ ਦਾ ਮਤਲਬ ਹੀ ਸਾਰੇ ਭੈ ਮੁੱਕ ਜਾਣ, ਜਮਾਂ ਦੇ, ਨਰਕਾਂ ਦੇ, 84 ਦੇ, ਹੋਰ ਜਨਮ ਮਰਨ ਦੇ ਅਨੇਕਾਂ ਇਹਦੇ ਸਿਰ 'ਤੇ ਭੈ ਪਏ ਹੋਏ। ਸੋ ਇਸ ਕਰਕੇ ਜਿਤਨੇ ਵੀ ਇਹ ਕ੍ਰਿਸ਼ਤੀ ਭਗਤ ਕਬੀਰ ਨਾਮ ਦਿਓ ਸੈਨ ਜਿਤਨੇ ਵੀ ਹੋਏ ਨੇ, ਗ੍ਰਸਤ ਵਿੱਚ ਹੋਏ ਹਨ, ਪਰ ਇਹਨਾਂ ਦਾ ਵਿਵਹਾਰ ਤੋਂ ਇਲਾਵਾ ਮੁੱਖ ਕਰਤੱਵ ਕੀ ਸੀ? ਵਾਹਿਗੁਰੂ ਦਾ ਭਜਨ ਕਰਨਾ, ਭਜਨ ਕਰਨ ਵਾਲਿਆਂ ਦੀ ਸੰਗਤ ਕਰਨੀ, ਇਹ ਜ਼ਰੂਰੀ ਸੀ। ਸੋ ਆਪਦੇ ਪਾਸ ਸਾਧੂ ਮਹਾਤਮਾ ਆਉਂਦੇ ਰਹਿੰਦੇ ਸਨ, ਹੌਲੀ 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 ਭਜਨ ਕਰਦੇ ਕਰਦੇ ਗਿਣਤੀ ਉੱਚੀ ਚੜ੍ਹਦੀ ਚਲੀ ਗਈ। ਸੋ ਇੱਕ ਦਫ਼ਾ ਦਾ ਜ਼ਿਕਰ, ਕਬੀਰ ਜੀ ਬੈਠੇ ਹੋਏ, ਇੱਕ ਕੋਈ ਕਿਸੇ ਚੰਗੇ ਘਰਾਣੇ ਦੀ ਲੜਕੀ ਆਈ, ਕਬੀਰ ਜੀ ਨੂੰ ਨਮਸਕਾਰ ਕੀਤੀ, ਕੁਛ ਮਹਾਤਮਾ ਸਾਧੂ ਪਾਸ ਬੈਠੇ ਹੋਏ ਸਨ। ਕਬੀਰ ਜੀ ਨੇ ਉਸਦਾ ਕੋਈ ਖਾਸ ਸਤਿਕਾਰ ਨਹੀਂ ਕੀਤਾ, ਸੋ ਉਹ ਨਮਸਕਾਰ ਕਰਕੇ ਵਾਪਸ ਮੁੜ ਗਏ। ਸਾਧੂ ਮਹਾਤਮਾ ਕਹਿਣ ਲੱਗੇ, ਭਗਤ ਜੀ ਕਿਸੇ ਸ਼ਰੀਫ ਘਰਾਣੇ ਦੀ ਲੜਕੀ ਸੀ, ਆਪਨੇ ਇਸਦਾ ਕੋਈ ਆਓ ਭਗਤ ਸਤਿਕਾਰ ਨਹੀਂ ਕੀਤਾ, ਕੀ ਗੱਲ? ਕਬੀਰ ਜੀ ਕਹਿਣ ਲੱਗੇ, ਇਹ ਮਾਇਆ ਸੀ, ਈਸ਼ਵਰੀ ਮਾਇਆ ਸਰੂਪ ਵਿੱਚ ਆਈ ਸੀ। ਸੋ ਇਤਿਹਾਸ ਜਦੋਂ ਕਿਹਾ, ਸਾਧੂ ਕਹਿਣ ਲੱਗੇ, ਭਗਤ ਜੀ ਹੋਰ ਅਸਚਰਜ ਗੱਲ ਦੇਖੀ, ਉਸ ਦੇ ਮੱਥੇ ਦੇ ਕੇਸ ਵੀ ਘਸੇ ਹੋਏ ਅਤੇ ਗਿੱਚੀ ਦੇ ਕੇਸ ਵੀ ਘਸੇ ਹੋਏ ਸਨ, ਇਹ ਕੀ ਕਾਰਨ? ਵੀਰ ਜੀ ਕਹਿੰਦੇ, ਤੁਹਾਡੇ ਪਾਸ ਬੁਲਾ ਲੈਂਦੇ, ਆਪਣੇ ਆਪ ਹੀ ਪੁੱਛ ਲਓ, ਸਭ ਆਪਣੀ ਹਕੀਕਤ ਦੱਸ ਦੇਵੇਗੀ। ਸੋ ਆਵਾਜ਼ ਦਿੱਤੀ ਗਈ,
ਉਹ ਆ ਗਏ। ਕਬੀਰ ਜੀ ਕਹਾਂਗੇ ਲਕਸ਼ਮੀ, ਇਹ ਸਾਧੂ ਕੁਛ ਪੁੱਛਣਾ ਚਾਹੁੰਦੇ ਨੇ ਇਹਨਾਂ ਸਵਾਲਾਂ ਦਾ ਜਵਾਬ ਤੇ ਕਹਿੰਦੇ ਕਰੋ, ਕੀ ਸਵਾਲ ਕਰਨਾ ਚਾਹੁੰਦੇ ਹੋ? ਸਾਧੂ ਕਹਿਣ ਲੱਗੇ, ਇਹ ਤੇਰੇ ਮੱਥੇ ਦੇ ਕੇਸ਼ ਕਸੇ ਹਨ, ਗਿੱਚੀ ਦੇ ਕੇਸ਼ ਕਸੇ ਨੇ, ਇਹ ਕਿਉਂ ਕਸੇ ਹਨ? ਉਹ ਕਹਿਣ ਲੱਗੀ, ਸਾਧੂ ਮਹਾਤਮਾ ਲੋਕੋ, ਮੈਂ ਮਾਇਆ ਹਾਂ, ਲਕਸ਼ਮੀ ਹਾਂ, ਸੋ ਮੇਰੇ ਵਿੱਚ ਪ੍ਰਭੂ ਤੋਂ ਭੁਲਾਉਣ ਦੀ ਬੜੀ ਤਾਕਤ, ਬੜੀ ਸ਼ਕਤੀ ਰੱਖਦੀ ਹਾਂ। ਅਣਜਾਣਾ ਲੋਕਾਂ ਨੂੰ ਤਾਂ ਮੈਂ ਬਹੁਤ ਦੁਰਦਸ਼ਾ ਕਰਵਾਉਣੀ ਹੈ। ਪਰ ਕਹਿਣ ਲੱਗੀ, ਇਹ ਮੇਰੇ ਮੱਥੇ ਦੇ ਕੇਸ਼ ਇਹੋ ਜਿਹੇ ਲੋਕਾਂ ਦੇ ਅੱਗੇ ਨਮਸਕਾਰਾਂ ਕਰਦੇ ਕਸਕੇ ਭਗਤ ਕਬੀਰ ਜੈਸੇ, ਜਿਹੜੇ ਪ੍ਰਭੂ ਦੇ ਵਿੱਚ ਦਿਵਲੀਨ ਹਨ, ਮੇਰੀ ਪਕੜ ਨਹੀਂ ਕਰਦੇ। ਸਾਧੂ ਕੇ ਠਾਂਡੀ ਦਰਬਾਰ, ਕਰ ਕਿਰਪਾ ਮੋਕ ਨਿਸਾਰ, ਜੋ ਕਹੇ ਸਵਕਾਰ ਕਮਾਵਾਂ, ਜਾਂ ਨਾਨਕ ਗੁਰਮੁਖ ਨੇੜ ਲੱਗਾਂ। ਮਾਇਆ ਬਾਕੀ ਦੂਸਰੇ ਮੇਰੇ ਗਿੱਚੀ ਦੇ ਕੇਸ਼ ਉਹਨਾਂ ਲੋਕਾਂ ਨੇ ਕਸਾ ਦਿੱਤੇ ਜਿਹੜੇ ਮੈਨੂੰ ਫੜਨਾ ਚਾਹੁੰਦੇ ਨੇ, ਲੇਕਿਨ ਮੈਂ ਉਹਨਾਂ ਦੇ ਹੱਥ ਨਹੀਂ ਹਾਂ, ਉਹਨਾਂ ਨੇ ਕਸਾ ਦਿੱਤੇ। ਉਹਨਾਂ ਦੀ ਬਾਬਤਿਓਂ ਦੱਸਿਆ, ਮਾਇਆ ਹੋਈ ਨਾਗਣੀ, ਜਗਤ ਨਹੀਂ ਲਪਟਾਏ, ਜਿਸਕੀ ਸੇਵਾ ਜੋ ਕਰੇ ਤੁਸੀਂ ਕੋ ਫਿਰ ਖਾਏ, ਕੋਈ ਗੁਰਮੁਖ ਵਿਰਲਾ ਗਾਰੂ, ਜਿਨ ਮਲ ਦਲ ਲਾਈ ਫਾਏ, ਨਾਨਕ ਸਹੀ ਉਬਰੇ, ਜੋ ਸੱਚ ਰਹੇ ਲਿਵਲਾਏ। ਕਹਿਣ ਲੱਗੇ, ਇਹ ਉਹਨਾਂ ਨੇ ਕਸਾ ਦਿੱਤੇ ਹਨ, ਇਉਂ ਇਹ ਵਚਨ ਉਸ ਲਕਸ਼ਮੀ ਨੇ ਮਾਇਆ ਨੇ ਕਿਹਾ। ਅਖੀਰ ਤੋਂ ਕਹਿਣ ਲੱਗੇ ਸਾਧੂ, ਆਪਣਾ ਕੋਈ ਕੌਤਕ ਲਿਖਾ ਆਪਣਾ। ਕਹਿਣ ਲੱਗੇ, ਮੇਰਾ ਕੌਤਕ ਦੇਖਣਾ ਹੈ ਤੇ ਚਲੋ ਮੇਰੇ ਨਾਲ ਬਾਹਰ ਜੰਗਲ ਬੀਆਬਾਨ ਵਿੱਚ, ਮੈਂ ਆਪਣੇ ਕੌਤਕ ਦਿਖਾ ਦਿੰਦੀ ਹਾਂ। ਜਿਹੜੇ ਮੋਹ ਮਾਇਆ 'ਚ ਫਸੇ ਮੇਰੀ ਇੱਛਾ ਰੱਖਦੇ ਹਨ, ਉਹਨਾਂ ਦੀ ਹਾਲਤ ਤੁਹਾਨੂੰ ਦਿਖਾ ਦਿੰਦੀ, ਜਿਹੜੇ ਇਹਨਾਂ ਨੇ ਮੇਰੇ ਪਿੱਛੇ ਗਿੱਚੀ ਦੇ ਕੇਸ ਕਸਾ ਦਿੱਤੇ। ਸੈਰ ਚਲੇ ਗਏ, ਅੱਗੇ ਘਣਾ ਜੰਗਲ ਹੈ, ਕਾਸ਼ੀ ਦੇ ਨਾਲ ਇੱਕ ਚੁਰਸਤਾ ਹੈ, ਉੱਥੇ ਪਹੁੰਚ ਕੇ ਉਹ ਲਕਸ਼ਮੀ ਮਾਇਆ ਨੇ ਕਿਹਾ ਉਹਨਾਂ ਸਾਧੂਆਂ ਨੂੰ, ਤੁਸੀਂ ਇੱਥੇ ਝਾੜਾਂ ਵਿੱਚ ਲੁਕ ਕੇ ਬੈਠ ਜਾਓ ਅਤੇ ਮੇਰੇ ਕੋਲ ਦੇਖੋ। ਖੈਰ ਉਹ ਝਾੜੀਆਂ ਵਿੱਚ ਲੁਕ ਗਏ। ਉਹ ਚੇਤਨ ਮਾਇਆ ਨੇ ਆਪਣਾ ਜੜ ਸਰੂਪ ਧਾਰਨ ਕਰ ਲਏ, 500 ਮੋਹਰ ਦੀ ਥੈਲੀ ਹੋ ਕੇ ਉਹ ਚੁਰਸਤੇ 'ਤੇ ਗਿਰ ਪੈਂਦੀ ਹੈ। ਚਾਰ ਮੁਸਾਫਰ ਜੋ ਆਪਸ ਵਿੱਚ ਹੀ ਸੰਬੰਧੀ ਸਨ ਆਏ, ਆ ਕੇ ਇੱਕ ਕਹਿਣ ਲੱਗਾ, ਬਈ ਥੈਲੀ ਪਈ ਹੋਈ ਹੈ। ਦੂਜਾ ਕਹਿੰਦਾ, ਦੇਖੋ ਤਾਂ ਇਸ ਦੇ ਵਿੱਚ ਕੀ ਕੁਛ ਹੈ, ਖੋਲ੍ਹ ਕੇ ਦੇਖਿਆ। ਤੀਜਾ ਕਹਿੰਦਾ, ਗਿਣਿਓ ਤਾਂ ਸੀ ਕਿੰਨੀਆਂ ਮੋਹਰਾਂ ਹਨ, ਗਿਣੀਆਂ ਤਾਂ 500 ਮੋਹਰ ਦਿੱਤੀ। ਇਹ ਤਾਂ ਆਪਾਂ ਨੂੰ ਮੁਫਤੀ ਇਤਨੀ ਮਾਇਆ ਮਿਲ, ਬੜੀ ਚੰਗੀ ਗੱਲ ਹੋ ਗਈ, ਬੜੀ ਖੁਸ਼ੀ ਕੀਤੀ। ਸੋ ਹੁਣ ਇਹ ਚਾਰ ਸਮ ਦੁਪਹਿਰ ਦਾ ਵਕਤ ਹੋਇਆ, ਕਹਿਣ ਲੱਗੇ ਆਪਾਂ ਫਿਰ ਵੰਡੀਆਂ ਪਾਵਾਂਗੇ, ਹੁਣ ਜ਼ਰਾ ਪ੍ਰਸ਼ਾਦ ਪਾਣੀ ਦਾ ਵਕਤ ਹੋਇਆ, ਦੋ ਇੱਥੇ ਬਹਿੰਦੇ ਹਾਂ, ਦੋ ਨਾਲ ਕਾਸ਼ੀ ਹੈ, ਜਾਓ ਉੱਥੋਂ ਰੋਟੀ ਲਿਆਓ, ਪ੍ਰਸ਼ਾਦ ਛੱਕ ਕੇ ਫਿਰ ਆਪਾਂ ਵੰਡ ਲਵਾਂਗੇ, ਕਿਉਂਕਿ 500 ਹੈ, ਆਪਾਂ 4 ਹਾਂ, 125 ਆ ਜਾਏ। ਸੋ ਖੈਰ ਦੋ ਚਲੇ ਗਏ ਕਾਸ਼ੀ ਨੂੰ, ਦੋ ਉੱਥੇ ਬਹਿ ਗਏ ਦਰਖੇ। ਸੋ ਮਾਇਆ ਨੇ ਕੀ ਪ੍ਰੇਰਨਾ ਕੀਤੀ, ਜਿਹੜੇ ਰੋਟੀ ਲੈਣ ਗਏ ਸੀ ਸ਼ਹਿਰ ਨੂੰ, ਉਹਨਾਂ ਦੇ ਚਿੱਤ ਵਿੱਚ ਇਹ ਪ੍ਰੇਰਨਾ ਹੋਈ, ਕਹਿੰਦੇ ਦੇਖੋ 500 ਮੋਹਰ ਹੈ, ਜੇਕਰ ਚੌਨੂੰ ਆਵੇ ਤਾਂ 125 ਆਈ, ਜੇ ਦੋਨੂੰ ਆਵੇ ਤਾਂ 250 ਹੋਈ, ਇਉਂ ਕਰੋ ਆਪਾਂ ਆਪਣੀ ਰੋਟੀ ਖਾ ਲੈਣੇ, ਉਹਦੀ ਰੋਟੀ ਵਿੱਚ ਵਿਹੋ ਪਾ ਲੈਂਦੇ, ਉਹ ਮਰ ਜਾਣਗੇ, ਆਪਾਂ ਨੂੰ ਚੌਨ ਦੀ ਬਜਾਏ ਡਬਲ ਹਿੱਸਾ ਆ ਜਾਏਗਾ।
ਫਿਰ ਉਹਨਾਂ ਨੇ ਐਸਾ ਮਤਾ ਪਕਾ ਕੇ ਆਪਣਾ ਪ੍ਰਸ਼ਾਦਾ ਛਕ ਲਿਆ, ਉਹਨਾਂ ਦੀ ਰੋਟੀ ਵਿੱਚ ਵਿਹੋ ਪਾ ਲਈ। ਜਿਹੜੇ ਉੱਥੇ ਬਾਹਰ ਬੈਠੇ ਸਨ ਉਹਨਾਂ ਦੀ ਜਿੱਤ ਨੂੰ ਕੀ ਪ੍ਰੇਰਨਾ ਕੀਤੀ ਮਾਇਆ ਨੇ, ਕਹਿੰਦੇ ਦੇਖੋ 500 ਹੈ, 4 ਰਿਸ਼ਤੇਦਾਰ ਹਾਂ, ਜੇ 2 ਹੋਈਏ ਤਾਂ 250 ਆਵੇ। ਉਹ ਰੋਟੀ ਲੈ ਕੇ ਆਉਣਗੇ, ਆਉਂਦਿਆਂ ਦੇ 2-2 ਲਾਠੀਆਂ ਫੁਰਪੜੀ 'ਚ ਰੱਖਦੇ ਹਾਂ, ਉਹ ਖਤਮ ਹੋ ਜਾਣਗੇ, ਆਪਾਂ ਅੱਧੀ ਅੱਧੀ ਵੰਡ ਲਾਂਗੇ। ਇਉਂ ਪ੍ਰੇਰਨਾ ਕਰ। ਇਸੀ ਵਾਸਤੇ ਕਿਹਾ ਨਾ, ਮਾਇਆ ਹੋਈ ਨਾਗਣੀ ਜਗਤ ਰਹੀ ਲਗਤਾ। ਮਾਇਆ ਲੜਕੀ ਹੈ ਨਾਗਣੀ ਮੁਸਾਫਰ ਜੋ ਰੋਟੀ ਲੈਣ ਗਏ ਕਾਸ਼ੀ ਵਿੱਚ, ਆਪਣੀ ਰੋਟੀ ਖਾ ਲਈ, ਉਹਨਾਂ ਦੇ ਖਾਣੇ ਵਿੱਚ ਜ਼ਹਿਰ ਪਾ ਲਏ। ਪਿੱਛੇ ਬੈਠੇ ਸਨ ਉਹਨਾਂ ਦੇ ਖਿਆਲ ਵਿੱਚ
ਮਾਇਆ ਨੇ ਇਹ ਪ੍ਰੇਰਨਾ ਕੀਤੀ, ਆਉਣਗੇ ਦੋ ਦੋ ਲਾਠੀਆਂ ਉਹਨਾਂ ਦੇ ਸਿਰ ਵਿੱਚ ਰੱਖ ਦਿਆਂਗੇ, ਸਾਨੂੰ ਡਬਲ ਗੱਪਾ ਮਿਲ ਜਾਏਗਾ। ਸੋ ਆਇਆ ਉਹਨਾਂ ਨੇ ਆ ਕੇ ਜਦੋਂ ਰੋਟੀ ਰੱਖਣ ਲੱਗੇ, ਇਹਨਾਂ ਨੇ ਪਹਿਲਾਂ ਹੀ ਮਤਾ ਪਕਾਇਆ ਸੀ, ਕੁੜਕੜੀ ਵੀ ਛੋਟੀ ਲੱਗੀ, ਆਦਮੀ ਝੱਟ ਮਰ ਜਾਂਦਾ, ਦੋਵੇਂ ਹੀ ਚਿੱਤ ਹੋ ਗਏ। ਉਹ ਸੋਚਣ ਲੱਗੇ ਚਲੋ ਆਪਾਂ ਰੋਟੀ ਖਾ ਲਈ ਪਿੱਛੋਂ ਵੰਡ ਲਵਾਂਗੇ। ਉਹਨਾਂ ਨੇ ਜ਼ਹਿਰ ਵਾਲੀ ਰੋਟੀ ਖਾ ਲਈ, ਉਹ ਵੀ ਚਿੱਤ ਹੋ ਗਏ, ਚਾਰੇ ਉੱਤੇ ਚਿੱਤ ਹੋਏ ਪਏ। ਉਸ ਚਿੱਤ ਜੜ ਮਾਇਆ ਨੇ ਚੇਤਨ ਰੂਪ ਧਾਰ ਕੇ ਆਵਾਜ਼ ਦਿੱਤੀ ਮਹਾਤਮਾ ਲੋਕਾਂ ਨੂੰ, ਆਓ ਦੇਖੋ ਮੇਰੇ ਮਨਮੁੱਖਾਂ ਨਾਲ ਮੇਰਾ ਕਿਹਾ ਜਿਹਾ ਵਰਤ ਵਰਤਾਰਾ। ਕਹਿਣ ਲੱਗੀ ਇਹ ਜੇ ਲੋਕਾਂ ਨੇ ਮੇਰੇ ਗੀਤੀ ਦੇ ਕੇਸ ਪਸਾ ਦਿੱਤੇ ਹੋਏ ਹਨ, ਮੱਥੇ ਦੇ ਕਬੀਰ ਵਰਗੇ ਭਗਤਰੂਪ ਦੇ ਪਿਆਰੇ, ਉਹਨਾਂ ਦੇ ਅੱਗੇ ਮੈਂ ਹੀ ਮੱਥੇ ਰਗੜਦੀ ਹਾਂ, ਮੇਰਾ ਵੀ ਨਿਸ਼ਕਾਰਾ ਕਰੋ। ਸਾਧੂ ਤੇ ਖਾਂਡੀ ਦਰਬਾਰ ਕਰ ਕਿਰਪਾ ਮੋਕੋ ਨਿਸ਼ਕਾਰ, ਜੋ ਕਹੇ ਸਵਾਰ ਕਮਾਵਾਂ ਜਾਂ ਨਾਨਕ ਗੁਰਮੁਖ ਨੇੜ ਨਾ ਆਵਾਂ। ਸੋ ਆਪਣਾ ਨਿਸ਼ਕਾਰਾ ਚਾਹੁੰਦੀ ਹਾਂ, ਆਪਣਾ ਭਲਾ ਚਾਹੁੰਦੀ ਹਾਂ, ਨਮਸਕਾਰਾਂ ਕਰਕੇ ਸਾਸ ਆਓ ਯੋ ਮਾਇਆ ਦੇ ਅਨੰਤ ਸਰੂਪ ਹਨ। ਸੋ ਕਬੀਰ ਜੀ ਪਾਸ ਫਿਰ ਆਏ, ਕਬੀਰ ਜੀ ਨੂੰ ਆ ਕੇ ਸਾਧੂ ਕਹਿਣਗੇ ਭਗਤ ਜੀ ਇਹਦੇ ਤਾਂ ਬੜੇ ਅਸ਼ਚਰਤ ਕੌਤਕ ਹਨ ਲਕਸ਼ਮੀ ਦੇ ਮਾਇਆ। ਕਹਿਣ ਲੱਗੇ ਹਾਂ, ਜਿਹੜੇ ਇਹਦੇ ਨਾਲ ਹਿੱਤ ਕਰਦੇ ਹਨ, ਦੇ ਪੈਦਾ ਹਿੱਤ ਕਰਦੇ ਹਨ, ਉਹਨਾਂ ਨੂੰ ਦੁੱਖ ਰੂਪ ਹੈ, ਉਹਨਾਂ ਦੇ ਮਨਾਂ ਨੂੰ ਸ਼ਾਂਤ ਨਹੀਂ ਆਉਣ ਦਿੰਦੀ। ਅਸਲੀ ਫਰਜ਼ ਜਿਹੜਾ ਮਾਨੁਖ ਤਨ ਧਾਰ ਕੇ ਪਰਮੇਸ਼ੁਰ ਦਾ ਭਜਨ ਕਰਨਾ, ਉੱਧਰ ਇਹ ਮਾਇਆ ਉਹਨਾਂ ਦਾ ਖਿਆਲ ਹੀ ਨਹੀਂ ਆਉਣ ਦਿੰਦੀ, ਆਪਣੇ ਵਿੱਚ ਹੀ ਉਲਝਾ ਛੱਡਦੀ ਹੈ, ਕਦੇ ਕਿਸੇ ਰੂਪ ਵਿੱਚ ਕਦੇ ਕਿਸੇ ਰੂਪ ਵਿੱਚ। ਤਾਂ ਤੇ ਇਸ ਮਾਇਆ ਤੋਂ ਛੁਟਕਾਰਾ ਕਦ ਹੁੰਦਾ ਹੈ, ਜਦੋਂ ਸਤਸੰਗ ਇਸ ਨੂੰ ਪ੍ਰਾਪਤ ਹੋਵੇ। ਕਹਿਤ ਕਬੀਰ ਜਿਸ ਉਧਰ ਤਿਸ ਮਾਇਆ, ਤਬ ਛੁਟੇ ਜਬ ਸਾਧੂ ਪਾਇਆ। ਸਤਸੰਗ ਤੋਂ ਬਿਨਾਂ ਇਸ ਦਾ ਛੁਟਕਾਰਾ ਨਹੀਂ ਦੱਸਿਆ। ਤਾਂ ਤੇ ਗੁਰੂ ਜੀ ਕਹਿੰਦੇ ਹਨ, ਮਾਨੁਖ ਤਨ ਦਾ ਪ੍ਰਯੋਜਨ ਥਈ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅੱਜ ਕੇਵਲ ਨਾ, ਮਾਨੁਖ ਤਨ ਸਫਲਾ ਹੁੰਦਾ ਵਾਹਿਗੁਰੂ ਦਾ ਭਜਨ ਕਰਕੇ, ਪੂਰਨ ਸੁਖੀ ਹੁੰਦਾ ਭਜਨ ਕਰਕੇ, ਸੁਖ ਸਰੂਪ ਵਾਹਿਗੁਰੂ ਦੀ ਸਮਾਇਆ। ਅਤੇ ਹੋਰ ਇੱਕ ਕਰਕੇ 84 ਲੱਖ ਗਿਆ ਜੂਨ ਦੇ ਜਿਹੜੇ ਦਰਵਾਜ਼ੇ ਬੰਦ ਹਨ, ਸਿਰਫ ਪ੍ਰਭੂ ਪ੍ਰਾਪਤੀ ਵਾਸਤੇ, ਪੂਰਨ ਸੁਖੀ ਹੋਣ ਵਾਸਤੇ, ਤਮਾਮ ਦੁੱਖਾਂ ਤੋਂ ਪਰੀ ਹੋਣ ਵਾਸਤੇ, ਇੱਕ ਮਾਨਵ ਤਨ ਰੂਪੀ ਦਰਵਾਜ਼ਾ ਹੀ ਖੁੱਲ੍ਹਾ ਹੈ। ਇਸ ਵਾਸਤੇ ਇਉਂ ਹਜ਼ੂਰ ਫਰਮਾਉਂਦੇ ਹਨ, ਇਹੋ ਤੇਰੀ ਵਾਰੀ ਗੋਬਿੰਦ, ਆਹ
ਮਾਨਵ ਤਨ ਦਾ ਪ੍ਰਯੋਜਨ, ਮਾਨਵ ਤਨ ਦਾ ਮੁੱਖ ਫਰਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਇਹ ਦੱਸਿਆ। ਕਈ ਪ੍ਰਾਪਤ ਮਾਨੁੱਖ ਦੇ ਵਰੀਆ, ਗੋਬਿੰਦ ਮੈਣ ਕੀਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਸਜ ਕੇਵਲ ਨਾਮ। ਪ੍ਰਭੂ ਪ੍ਰਾਪਤੀ ਹੈ, ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਦੇ ਪੁੱਤਰ ਹਨ। ਜਿਸਮ ਸਾਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ, ਇਹ ਜਿਸਮ ਫਿਰ ਵਾਪਸ ਲੈ ਲਿਆ ਜਾਏਗਾ। ਸਾਡਾ ਆਪਣਾ ਆਪਾ ਜਿਸਮ ਦੇ ਮਰਨ ਤੋਂ ਬਾਅਦ ਮਰਦਾ ਨਹੀਂ, ਇਹ ਕੋਈ ਹੋਰ ਵਾਸ਼ਨਾ ਦੇ ਅਨੁਸਾਰ ਔਰ ਕਰਮਾਂ ਦੇ ਅਨੁਸਾਰ ਹੋਰ ਸਰੀਰ ਰੂਪੀ ਚੋਲਾ ਧਾਰਨ ਕਰਦਾ। ਇਸੀ ਤਰ੍ਹਾਂ ਇਹ ਸਿਲਸਿਲਾ ਬੜੀ ਦੇਰ ਦਾ ਚੱਲਿਆ ਆ ਰਿਹਾ, ਉਤਨੀ ਦੇਰ ਤੱਕ ਇਹ ਜਨਮ ਮਰਨ ਦਾ ਸਿਲਸਿਲਾ ਦੇ ਧਾਰ ਕੇ ਅਨੇਕਾਂ ਦੁੱਖ ਤਕਲੀਫਾਂ ਉਠਾ ਰਿਹਾ ਹੈ। ਜਦੋਂ ਮਾਨੁੱਖ ਸਰੀਰ ਵਿੱਚ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ, ਸਾਧ ਸੰਗਤ ਮਨੁੱਖ ਤੋਂ ਨੀਚੇ ਦੀਆਂ ਜੋਨੀਆਂ ਜਿਨ੍ਹਾਂ ਨੂੰ ਪਰਤੰਤਰ ਮੰਨਿਆ ਹੈ, ਜਿਨ੍ਹਾਂ ਨੂੰ ਪਰ ਅਧੀਨ ਮੰਨਿਆ ਹੈ, ਉਹ ਤਾਂ ਕਿੰਨੇ ਦੁਖੀ ਹੋਣਗੇ। ਕਿਵੇਂ? ਇੱਕ ਬੈਲ ਹੈ, ਉਹ ਖੜਾ ਆਪਣੀ ਖੁਸ਼ੀ ਨਾਲ, ਗਰਮੀ ਹੈ ਭਾਵੇਂ ਸਰਦੀ, ਉੱਥੋਂ ਹਿੱਲ ਨਹੀਂ ਸਕਦਾ, ਬੰਨਿਆ ਖੜਾ। ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਮਾਲਕ ਉਹਨੂੰ ਪਾਣੀ ਪਿਲਾ ਦੇ, ਕੁਛ ਖਾਣ ਨੂੰ ਦੇ ਦੇ, ਖਾ ਲੈ, ਨਹੀਂ ਖੜਾ ਹੋਗੀ। ਗਰਮੀ ਸਰਦੀ ਚੌਥੀ ਖੜਾ, ਹੋਰ ਅਨੇਕਾਂ ਤਕਲੀਫਾਂ, ਜੁੜਿਆ ਹੋਇਆ ਗੱਡੇ ਵਗੈਰਾ ਕਿਤੇ ਨਾ ਕਿਤੇ, ਔਖਾ ਸੌਖਾ ਖਿੱਚਣਾ। ਇਨਸਾਨ ਆਪਣਾ ਦੁੱਖ ਤਕਲੀਫ ਤੋਂ ਬਚਾਅ ਵੀ ਕਰ ਸਕਦਾ, ਲੇਕਿਨ ਉਹ ਹੋਰ ਦੁਨੀਆਂ ਦੇ ਕਿਤਰੀਆਂ ਪਰ ਅਧੀਨ ਹਨ, ਉਹਨਾਂ ਦਾ ਆਪਣਾ ਹਥਿਆਰ ਕੁਛ ਨਹੀਂ, ਉਹਨਾਂ ਵਿੱਚ ਕਿਤਰੀਆਂ ਤਕਲੀਫਾਂ ਹੋਣਗੀਆਂ। ਇਨਸਾਨ ਨੂੰ ਹੀ ਇਸ ਮਾਨੁੱਖ ਸਰੀਰ ਦੇ ਵਿੱਚ ਹੀ ਪਤਾ ਨਹੀਂ ਕਿੰਨੀਆਂ ਕੁ ਤਕਲੀਫਾਂ ਦਾ ਇਹਨੂੰ ਸਾਹਮਣਾ ਕਰਨਾ ਪੈਂਦਾ। ਸਾਰੇ ਜਾਣਦੇ ਕੌਣ ਹੈ ਦੁਨੀਆਂ 'ਤੇ ਆ ਕੇ ਜਿਹੜਾ ਇਹ ਕਹਿ ਸਕੇ ਮੈਨੂੰ ਕੋਈ ਤਕਲੀਫ ਨਹੀਂ। ਨਾਨਕ ਦੁਖੀ ਆ ਸਭ ਸੰਸਾਰ, ਬਾਬੇ ਨੇ ਐਸਾ ਕਰਨਾ। ਉਹ ਕਿਹੋ ਜਿਹੇ ਦੁੱਖ ਹਨ? ਅਧਿਆਤਮ ਦੇ ਪਾਪ, ਤਿੰਨ ਵੱਡੇ ਵੱਡੇ ਦੁੱਖ ਜਿਹਨਾਂ ਨੂੰ ਅਧਿਆਤਮਕ, ਅਧਿਭੂਤਕ, ਅਧਿਦੈਵਕ ਕਹਿੰਦੇ ਹਨ। ਭਾਵੇਂ ਸਾਰੇ ਹੀ ਦੁੱਖ ਇਹਨਾਂ ਦੇ ਅੰਦਰ ਹੀ ਆ ਜਾਂਦੇ ਹਨ। ਆਦਿ ਮਨ ਦੇ ਦੁੱਖ, ਵਿਆਦ ਜਿਸਮ ਦੀਆਂ ਬਿਮਾਰੀਆਂ, ਉਪਾਦ ਬਾਹਰਲੇ ਝਗੜੇ ਝਾਟੇ ਕਈ ਕਿਸਮ ਦੇ, ਸਾਰੇ ਦੁੱਖ ਇਹਨਾਂ ਦੇ ਵਿੱਚ ਹੀ ਆ ਜਾਂਦੇ ਹਨ। ਜੇ ਥੋੜ੍ਹਾ ਜਿਹਾ ਹੋਰ ਬਰੀਕੀ ਨਾਲ ਵਿਚਾਰੀਏ ਤਾਂ ਕਾਮ ਕ੍ਰੋਧ ਅਹੰਕਾਰ ਪੰਜ ਵੱਡੇ ਵੱਡੇ ਦੁਸ਼ਮਣੇ ਨੂੰ ਤੰਗ ਕਰਦੇ, ਆਸਾ ਤ੍ਰਿਸ਼ਨਾ ਚਿੰਤਾ ਤਿੰਨ ਰਹਿਣਾ ਉਸ ਨੂੰ ਚਿੰਬੜੀਆਂ ਹੋਈਆਂ, ਸ਼ਬਦ ਸਪਰਸ਼ ਰੂਪ ਰਸਗੰਧ ਇਸ ਨੂੰ ਲੱਗੇ ਹਨ, ਵਿਦਿਆ ਸਮਤਾ ਰਾਗ ਦੈਸ਼ ਕਿਨਵੇਸ਼ ਪੰਜ ਕਲੇਸ਼ ਚਿੰਬੜੇ। ਇਸ ਤੋਂ ਇਲਾਵਾ ਬੇਅੰਤ ਤਕਲੀਫਾਂ ਦਾ ਇਹ ਸ਼ਿਕਾਰ ਹੋ ਰਿਹਾ ਹੈ। ਕਹਿਣਾ ਮਾਨੁੱਖ ਤਨ ਦੇ ਵਿੱਚ ਜਦੋਂ ਇੰਨੀਆਂ ਤਕਲੀਫਾਂ ਹਨ, ਅਖੀਰ ਇਹਨਾਂ ਦਾ ਮੁਕਾਬਲਾ ਕਰਦਾ ਕਰਦਾ, ਇਹਨਾਂ ਦਾ ਛੁਟਕਾਰਾ ਪਾਉਣ ਵਾਸਤੇ ਬਣਾਉਟੀ ਜਿਹੇ ਤਰੀਕੇ ਅਖਤਿਆਰ ਕਰਦਾ ਚੱਲ ਵਸਦਾ ਹੈ। ਅੱਗੇ ਫਿਰ ਇਹ ਜੀ ਨਿਸ਼ਿਧ ਜੋਨੀ ਵਿੱਚ ਜਾ ਪੈਂਦਾ, ਅਤੇ ਕੀ ਹਾਸਲ ਕੀਤਾ? ਕੁਛ ਨਾ ਕੀਤਾ। ਆਤਮ ਸ਼ਹਿਜ਼ਾਦਾ ਪਰਮਾਤਮਾ ਦਾ ਪੁੱਤਰ ਹੋ ਕੇ ਸਿਰਫ ਆਪਣੇ ਆਪ ਨੂੰ ਦੇਹ ਤੱਕ ਹੀ ਮਹਿਦੂਦ ਮੰਨਦਾ, ਮੈਂ ਸਾਡੇ ਤਿੰਨ ਹੱਥਾਂ ਦੇ ਮਾਤਰ ਹੀ ਹਾਂ, ਇਸ ਅਗਿਆਨ ਪੁੱਲ ਵਿੱਚ ਫਸਿਆ, ਵਾਰ ਵਾਰ ਜਾਂਦਾ, ਮਰਦਾ, ਦੁੱਖ ਤਕਲੀਫਾਂ ਉਠਾਉਂਦਾ ਹੈ। ਸੋ ਇਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਮਾਨਵ ਦੇ ਰੂਪੀ ਦਰਵਾਜ਼ਾ ਹੁੰਦਾ ਹੈ। ਅਤੇ ਜਿਸ ਪ੍ਰਭੂ ਪ੍ਰਾਪਤੀ ਵਾਸਤੇ ਪਹਿਲੇ ਸਮਿਆਂ ਦੇ ਲੋਕ ਬੜੇ ਬੜੇ ਕਠਿਨ ਤਪ ਕਰਦੇ, ਪ੍ਰਾਣਾਯਾਮ ਆਦਿ ਕਰਦੇ, ਗੋਰਖ ਦੇ ਜਿੰਨੇ ਚੇਲੇ ਰਾਜੇ ਰਾਜਿਆਂ ਦੇ ਪੁੱਤਰ ਸਨ, ਰਾਜ ਭਾਗ ਛੱਡ ਕੇ ਸੋ ਉਹ ਰੂਈਆਂ ਦੇ ਉੱਤੇ ਛਾਣਦੇ ਰਹੇ, ਫਿਰ ਪ੍ਰਾਣਾਯਾਮ ਆਦਿ ਕਰਦੇ, ਬੜਾ ਕਠਿਨ ਮਾਰਗ ਹੈ, ਤਪੱਸਿਆ ਕਰਦੇ, ਗਰਮੀਆਂ ਸਰਦੀਆਂ ਬੜੀਆਂ ਤਕਲੀਫਾਂ ਸਰੀਰਾਂ 'ਤੇ ਚੱਲਦੇ, ਮਨ ਦੀ ਸ਼ੁੱਧੀ ਇਕਾਗਰਤਾ ਵਾਸਤੇ। ਪਰ ਇਸ ਸਮੇਂ ਦੇ ਵਿੱਚ ਗੁਰੂ ਬਾਬੇ ਨੇ ਸਾਨੂੰ ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਇਸ ਸਮੇਂ ਦਾ ਹੀ ਸੌਖਾ ਮਾਰਗ ਦੱਸ ਦਿੱਤਾ, ਸੌਖਾ ਰਸਤਾ ਦੱਸ ਦਿੱਤਾ ਪ੍ਰਭੂ ਪ੍ਰਾਪਤੀ ਦਾ।
ਕੀ ਸੇਵਾ ਭਗਤੀ ਸਤਸੰਗ ਸੌਖਾ ਰਸਤਾ ਹੈ। ਗ੍ਰਸਤ ਤਿਆਗ ਪ੍ਰਮਾਣ ਦੱਸ ਦਿੱਤਾ, ਇਹ ਨਹੀਂ ਕਿਹਾ ਵੀ ਤਿਆਗ ਵਿੱਚ ਹੀ ਰੱਬ ਮਿਲਦਾ, ਨਹੀਂ, ਗ੍ਰਸਤ ਤਿਆਗ ਜਿੱਥੇ ਵੀ ਕੋਈ ਸ਼ੌਕ ਵਾਲਾ ਬੰਦਾ ਹੋਣਾ ਚਾਹੀਦਾ, ਭਜਨ ਬੰਦਗੀ ਤਕੜਾ ਉੱਥੇ ਪ੍ਰਾਪਤੀ ਕਰ ਸਕਦਾ। ਤਾਂ ਤੇ ਗੁਰੂ ਬਾਬੇ ਦਾ ਮਾਰਗ ਗ੍ਰਸਤ ਤਿਆਗ ਪ੍ਰਮਾਣ ਹੈ, ਬੱਚਾ ਜਵਾਨ ਬੁੱਢਾ ਹਰ ਕਰ ਸਕਦਾ ਹੈ, ਮਾਈ ਭਾਈ ਹਰ ਇੱਕ ਕਰ ਸਕਦਾ ਹੈ। ਤਾਂ ਤੇ ਇਹੋ ਜਿਹਾ ਸੌਖਾ ਮਾਰਗ ਸਿੱਖੀ ਭਗਤੀ ਮਾਰਗ ਚਲਾ ਕੇ ਸਾਨੂੰ ਗੁਰੂ ਜੀ ਨੇ ਨਾਮ ਦਾ ਨਿਸ਼ਾਨ ਸੌਖਾ ਰਸਤਾ ਦਿੱਤਾ ਤੇ ਫਰਮਾਇਆ ਮਿਲ ਸਾਧ ਸੰਗਤ ਅੱਜ ਕੇਵਲ ਸਤਸੰਗ ਤੋਂ ਬਿਨਾਂ ਤਾਂ ਸੂਝਬੂਝ ਪੈਂਦੀ ਹੀ ਨਹੀਂ। ਜਿਵੇਂ ਸਕੂਲਾਂ ਕਾਲਜਾਂ ਤੋਂ ਬਿਨਾਂ ਐਜੂਕੇਸ਼ਨ ਵਿੱਦਿਆ ਪ੍ਰਾਪਤ ਹੁੰਦੀ ਨਹੀਂ ਬੱਚਿਆਂ ਨੂੰ, ਇਸੀ ਤਰ੍ਹਾਂ ਸਤਸੰਗ ਰੂਪੀ ਸਕੂਲ ਤੋਂ ਬਿਨਾਂ ਪਰਮਾਤਮਕ ਵਿੱਦਿਆ ਦੀ ਸੂਝਬੂਝ ਪੈਣੀ, ਰੱਬ ਦੇ ਪਾਸੇ ਦੇ ਭੇਦ ਖੁੱਲਦੇ ਨਹੀਂ, ਰੱਬ ਦੇ ਪਾਸੇ ਦਾ ਸ਼ੌਕ ਜਾਗਦਾ ਨਹੀਂ। ਤਾਂ ਤੇ ਮੁੱਖ ਸਾਧਨ ਸਤਸੰਗ ਹੈ। ਗੁਰੂ ਜੀ ਕਹਿੰਦੇ ਆਇਆ ਤਾਂ ਵਹਿਰੂ ਨੂੰ ਮਿਲਣ ਵਾਸਤੇ ਹਾਂ, ਪਰ ਉਹਦਾ ਉਪਾਅ ਇਹੀ ਕੁਛ ਹੈ, ਨਿਲਸਾਧ ਸਿੰਘ ਹਜ ਕੇਵਲ ਨਾਮ। ਤਾਂ ਤੇ ਆਓ ਇਸ ਮਾਨਵ ਤਨ ਨੂੰ ਸਫਲਾ ਕਰਨ ਵਾਸਤੇ ਵਹਿਰੂ ਦੀ ਭਗਤੀ ਸਤਸੰਗ ਦੁਆਰਾ ਕਰਨੀ ਸਾਨੂੰ ਗੁਰੂ ਬਾਬੇ ਨੇ ਦੱਸੀ ਹੈ। ਅਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ।